ਸਤਿ ਸ਼੍ਰੀ ਅਕਾਲ ਤੁਸੀਂ ਪੰਜਾਬ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਚ ਬੈਠੇ तमाम ਦਰਸ਼ਕਾਂ ਦਾ ਸਵਾਗਤ ਹੋ ਚਾਲਿਆ ਉਲਟ ਪੁਲਟ ਮੈਂ ਖੁਸ਼ੀ ਸਰਾਤ ਮੈਂ ਸਟੂਡੀਓ ਚ ਮੌਜੂਦਾ ਅਨੁਕੜਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਵਧੀਆ ਮੌਸਮ ਵਧੀਆ ਹੁੰਦਾ ਤੇ ਮੌਸਮ ਬਹੁਤ ਵਧੀਆ ਆ ਜਾ ਰੈੱਡ ਰੈੱਡ ਹੋਏ ਪਏ ਬਸ ਉਦਾਂ ਹੀ ਜੀ ਕਰਿਆ ਕੁਝ ਰੈੱਡ ਪਾਲੀ ਅੱਛਾ ਮੌਸਮ ਜ਼ੰਦਾਰਸ ਬਦਲੇ ਬਦਲਿਆ ਜਿਦਾਂ ਦਾ ਮੌਸਮ ਉਦਾਂ ਦੇ ਕੱਪੜੇ ਚਲੋ ਵਿੱਚ ਇਸ ਵਧੀਆ ਹੈ ਹੋਰ ਸਾਨੂੰ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਵਧੀਆ ਚੱਲ ਰਹੀ ਹੈ ਪਰ ਘਰਾਂ ਦੇ ਮਤਲਬ ਜਦੋਂ ਬੱਚਾ ਜਿਹੜਾ ਹੁੰਦਾ ਉਹ ਵਧੀਆ ਕੰਮ ਕਰਿਆਵੇ ਹੈਨਾ ਤੇ ਫਿਰ ਉਦੋਂ ਪਿਤਾ ਦਾ سینਾ ਫੁੱਲ ਜਾਂਦਾ ਫਿਰ ਪਿਤਾ ਕਹਿੰਦਾ ਕਿ ਆ ਦੇਖੋ ਮੇਰਾ ਮੁੰਡਾ ਇਹ ਮੇਰਾ ਖੂਨ ਆ ਇਹਦੇ ਚ ਆ ਦੇਖਿਆ ਕਮਾਲ ਦਾ ਕੰਮ ਕਰਕੇ ਆ ਤੇ ਜੇ ਕਿਤੇ ਉਹੀ ਬੱਚਾ ਸਕੂਲ ਦੇ ਵਿੱਚ ਫੇਲ ਹੋ ਕੇ ਆ ਜਵੇ ਅਗ ਦੇਖ ਲੈ ਤੇਰੇ ਮੁੰਡੇ ਨੇ ਕੀ ਕਰਤਾ ਨਾ ਇੱਕ ਵਰਡ ਬੜਾ ਹੁੰਦਾ ਖਾਸ ਕਰ ਕਰ ਦਿੰਦਾ ਗੰਦੀ ਔਲਾਦ ਹੈ ਉਹ ਜਿਸ ਬਈ ਗੰਦੀ ਔਲਾਦ ਹਾਂ ਆ ਦੇਖ ਉਹ ਫਲਾਣੇ ਦਾ ਬੰਦਾ ਮੁੰਡਾ ਦੇਖ ਲੈ ਕਿੰਨਾ ਪੜਦਾ ਆ ਕਿੰਨੇ ਅੱਗੇ ਤੱਕ ਜਾ ਰਿਹਾ ਕਿੰਨੇ ਵਧੀਆ ਮਾਰਕਸ ਆਰੇ ਕਿ ਤੂੰ ਵਾ ਤੈਨੂੰ ਕੁਝ ਨਹੀਂ ਆਉਂਦਾ ਇਹ ਹਰ ਘਰ ਘਰ ਦੀ ਕਹਾਣੀ ਆ ਪਰ ਕਿਹਦੇ ਵਧੀਆ ਆ ਰਹੇ ਕਿਹੜਾ ਫਲਾਣਾ ਬੰਦਾ ਜਿਹੜਾ ਬੜੀ ਤਾਰੀਫ ਕਰਦਾ ਹੈਗਾ ਉਹ ਨਹੀਂ ਪਤਾ ਲੱਗਦਾ ਬਿਲਕੁਲ ਪਰ ਜੇ ਇੱਧਰ ਗੱਲ ਕਰੀਏ ਤੇ ਉਸ ਤੋਂ ਬਾਅਦ ਜੇ ਕੋਈ ਬੱਚਾ ਬਾਰ ਜਾ ਕੇ ਕਿਸੇ ਨੂੰ ਕੁੱਟ ਕੇ ਆ ਜਵੇ ਤਾਂ ਫਿਰ ਪਿਤੇ ਦਾ سینਾ ਫਿਰ ਫੁੱਲ ਜਾਂਦਾ ਮੇਰਾ ਖੂਨ ਹੈ ਇਹਦੇ ਵਿੱਚ ਆ ਦੇ ਕੁੱਟ ਕੇ ਆਇਆ ਮੈਂ ਵੀ ਇੰਨੀ ਤਗੜਾ ਹੁੰਦਾ ਸੀਗਾ ਬਚਪਨ ਦੇ ਵਿੱਚ ਅੱਛਾ ਮੈਂ ਤਾਂ ਇਦਾਂ ਦੇ ਵੀ ਦੇਖਿਆ ਜੇ ਕਿ ਕੋਟਾ ਕੋਟਾ ਵੀ ਕਿਸੇ ਨੂੰ ਬਾਹਰ ਤੇ ਘਰ ਆ ਕੇ ਦੱਸੇ ਕਿ ਮੈਂ ਕਿਸੇ ਨੂੰ ਕੁੱਟਿਆ ਤੇ ਉਹਦੇ ਘਰ ਦੇ ਫੰਟਾ ਲਾ ਦਿੰਦੇ ਹੁੰਦੇ ਸੀ ਉਹਦਾ ਕਿ ਤੂੰ ਕਿਸੇ ਨੂੰ ਕਿਉਂ ਕੁੱਟਿਆ ਨਹੀਂ ਕਈ ਇਦਾਂ ਦੇ ਵੀ ਹੁੰਦੇ ਆ ਬਚਪਨ ਦੇ ਵਿੱਚ ਨਾ ਛੋਟਾ ਜਿਹਾ ਬੱਚਾ ਹੋਏਗਾ ਉਹਨੂੰ ਕਰਦੇ ਗੱਲ ਛੋਟੇ ਜਿਹੇ ਜਵਾਕ ਨੂੰ ਗਾਲਾਂ ਸਿਕਾਈ ਜਾਣਗੀਆਂ ਉਹਨੂੰ ਕੱਢ ਕੇ ਦਿਖਾ ਦੇ ਗਾਲ ਕੱਢ ਕੇ ਦਿਖਾ ਦੇ ਪੜੋਸੀਆਂ ਨੂੰ ਆਣਗੇ ਉਹਨੂੰ ਕਈ ਜਾਣਗੇ ਉਸ ਤੋਂ ਬਾ ਫਿਰ ਮਤਲਬ ਉਹ ਕਹੇਗਾ ਬਾਪੂ ਕਹੇਗਾ ਉਹਦਾ ਮਾਂ ਨੂੰ ਆ ਦੇਖ ਲਾ ਤੇਰਾ ਮੁੰਡਾ ਕਟ ਖਾ ਕੇ ਆ ਗਿਆ ਕੁੜੀਆਂ ਵਰਗਾ ਮੁੰਡਾ ਬਣਾਇਆ ਤੁਸੀਂ ਐਦਾਂ ਮਤਲਬ ਤਾਨੇ ਵੱਜਦੇ ਨੇ ਇਹੇ ਕੁਛ ਨਾ ਦੇਸ਼ ਦਾ ਹਾਲ ਬਣੀ ਜਾਂਦਾ ਹੌਲੀ ਹੌਲੀ ਹੁਣ ਜਦੋਂ ਤੱਕ ਕੋਈ ਮਤਲਬ ਹੁਣ ਟੋਕੀਓ 올림픽 ਚੱਲ ਰਹੇ ਨੇ ਉਹਦੇ ਵਿੱਚ ਜਦੋਂ ਕੋਈ 올림픽 ਮਤਲਬ ਜਿੱਤੇ ਜਾਂਦਾ 골ਡ ਮੈਡਲ ਜਿੱਤ ਜੇ ਚਾ ਸਿਲਵਰ ਮੈਡਲ ਜਿੱਤ ਜਵੇ ਚਾਏ ਬ੍ਰੌਂਜ਼ ਵਿੱਚ ਜਿੱਤ ਜਵੇ ਮੈਡਲ ਜੇ ਹੱਥ ਚ ਆ ਜਾਵੇ ਤਾਂ ਕਹਿਣਗੇ ਦੇਸ਼ ਦਾ ਨਾਮ ਰੋਸ਼ਨ ਕੀਤਾ ਅਰੇ ਦੇਖਿਏ ਮਿਹਨਤੀ ਲੋਕ ਇਹ ਲੋਕ ਮਤਲਬ ਲੋਕੀ ਪੰਜਾਬ ਦੇ ਵਿੱਚ ਕਹੀ ਜਾਂਦੇ ਨੇ ਨਾ ਵੀ ਨਸ਼ਾ ਬੜਾ ਹੋ ਗਿਆ ਲੋਕੀ ਖੇਡਾਂ ਦੇ ਵੱਲ ਨਹੀਂ ਹੈਗੇ ਤੇ ਅੱਜ ਕੱਲ੍ਹ ਜੇ ਹਾਲਾਤ ਜੇ ਦੇਖੀਏ ਤੇ ਹਰਿਆਣਾ ਤੇ ਪੰਜਾਬ ਦੀ ਜਿਹੜੀ ਕੁੱਲ ਮਿਲਾ ਕੇ ਆਬਾਦੀ 4% ਬਣਦੀ ਆ ਔਰ ਜੇ ਇਸ ਵੇਲੇ ਟੋਕਿਓ 올림픽ਸ ਦੀ ਗੱਲ ਕਰੀਏ ਤਾਂ ਉੱਥੇ 40% ਜਿਹੜੇ ਪਹੁੰਚੇ ਹੋਏ ਨੇ ਨੌਜਵਾਨ ਉਹ ਹਰਿਆਣਾ ਤੇ ਪੰਜਾਬ ਦੇ ਵਿੱਚੋਂ ਪਹੁੰਚੇ ਹੋਏ ਨੇ ਤੇ ਹੁਣ ਬੜਾ سینਾ ਫੁੱਲਦਾ ਇਹਨਾਂ ਦਾ ਹੁਣ ਕਹਿੰਦੇ ਨੇ ਜੇ ਦੇਖੀਏ ਭਾਰਤ ਦਾ ਨਾਮ ਰੌਸ਼ਨ ਕੀਤਾ ਭਾਰਤ ਦਾ ਨਾਮ ਰੌਸ਼ਨ ਕੀਤਾ ਜੀ ਜਾਣੇ ਨਾ ਦੇਖੋ ਇਹ ਭਾਰਤ ਦੇ ਲੋਕ ਆ ਇਹ ਭਾਰਤ ਦੀ ਤਰੱਕੀ ਦੇ ਰਾਹ ਤੇ ਜਾ ਰਹੇ ਆ ਇੱਥੋਂ ਦੇ ਲੋਕ ਤੇ ਉਥੇ ਹੀ ਜੇ ਦੂਜੇ ਪਾਸੇ ਕੋਈ ਹੋਰ ਚੀਜ਼ ਹੋ ਜਾਏ ਤੇ ਫਿਰ ਇਹੀ ਜਿਹੇ ਸਰਕਾਰਾਂ ਨੇ ਉਹ ਕਈ ਕੁਝ ਸਨਾਨਾ ਸਟਾਰਟ ਕਰ ਦਿੰਦਿਆਂ ਨੇ ਇਹ ਦੇਖੋ ਇਹ ਨਹੀਂ ਇਹ ਚੀਜ਼ ਕਰਤੀ ਆ ਕਿਉਂਕਿ ਇੱਕ ਮੇਰੇ ਦਿਮਾਗ 'ਚ ਫਿਰ ਉਹੀ ਚੀਜ਼ ਆ ਰਹੀ ਹੈ ਜਿੱਦਾਂ ਹੁਣ ਫਾਰਮੋਪੋਟਾਇਸ ਚ ਚੱਲਦੇ ਹੋਏ ਲੋਕ ਆਪਣੇ ਹੱਕ ਲਈ ਖੜੇ ਨੇ ਤਾਂ ਉਹ ਟੈਰਰਿਸਟ ਨੇ ਪਰ ਜਦੋਂ ਇਹੀ ਲੋਕ ਨੇ ਜਿਹੜੇ ਉੱਥੇ ਜਾ ਕੇ ਜਿੱਤ ਰਹੇ ਨੇ ਚਾਹੇ ਹਿੱਸਾ ਲੈ ਰਹੇ ਨੇ ਪਰ ਉਦੋਂ ਜਿਹੜੇ ਨੇ ਉਹਨਾਂ ਨੂੰ ਪ੍ਰੇਜ਼ ਮਿਲਦੀ ਆ ਉਦੋਂ ਉਹਨਾਂ ਨੂੰ ਕਿਹਾ ਜਾਂਦਾ ਸਾਡੇ ਦੇਸ਼ ਦੇ ਲੋਕ ਆ ਪਰ ਜਦੋਂ ਆਪਣੇ ਦੇਸ਼ ਦੇ ਲੋਕ ਆਪਣੇ ਹੱਕ ਲਈ ਖੜਦੇ ਆ ਉਦੋਂ ਦੇਸ਼ ਦੇ ਲੋਕ ਨਹੀਂ ਆ ਬਿਲਕੁਲ ਤੇ ਹੁਣ ਜੇ ਮੀਰਾਬਾ ਤੇ ਉੱਥੇ ਹੀ ਜੇ ਕਬੱਡੀ ਦੇ ਖਿਡਾਰੀ ਪੰਜਾਬ ਦੇ ਵੱਲ ਆ ਜਾਣੇ ਹੁਣ ਅਸੀਂ ਜੇ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਕਬੱਡੀ ਦੇ ਇਹੋ ਜਿਹੇ ਬਥੇਰੇ ਖਿਡਾਰੀ ਇਸ ਵੇਲੇ ਬੈਠੇ ਨੇ ਜਿਹੜੇ ਕਿ ਇੰਟਰਨੈਸ਼ਨਲ ਖੇਡ ਕੇ ਆਏ ਹੋਏ ਨੇ ਤੇ ਉਹਨਾਂ ਨੂੰ ਵਾਅਦਾ ਕੀਤਾ ਸੀਗਾ ਵੀ ਭਾਈ ਅਸੀਂ ਤੁਹਾਨੂੰ ਨੌਕਰੀਆਂ ਦਵਾਂਗੇ ਵਾਅਦੇ ਤਾਂ ਕਦੀ ਵੀ ਨ ਪੂਰੇ ਹੁੰਦੇ ਹੁਣ ਇਹ ਵਿਚਾਰੇ ਜੇ ਯਕੀਨ ਕਰਕੇ ਬੈਠੇ ਕਿ ਪਹਿਲਾਂ ਲੋਕਾਂ ਨੇ ਬੜਾ ਯਕੀਨ ਕੀਤਾ ਸਰਕਾਰਾਂ ਦੇ ਉੱਪਰ ਸਰਕਾਰ ਨੇ ਕੋਈ ਵਾਅਦਾ ਕੀਤਾ ਆ ਸਰਕਾਰਾਂ ਆਪਣਾ ਵਾਅਦਾ ਜ਼ਰੂਰ ਪੂਰਾ ਕਰਨ ਗਿਆ ਜੇ ਸਰਕਾਰ ਨੇ ਹੁਣੇ ਚ ਇਸ ਕਹਿਤੀ ਆ ਕਿਉਂਕਿ ਕਿਤੇ ਨਾ ਕਿਤੇ ਗੇਮਸ ਇਦਾਂ ਦੇ ਚੀਜ਼ਾਂ ਜੋ ਕਿ ਬਹੁਤ ਜ਼ਿਆਦਾ ਲੋ ਲੈਣਾ ਇੱਕ ਉਹਦੇ ਵਿੱਚ ਹਿੱਸਾ ਲੈਣਾ ਉਹਦੇ ਜਾ ਕੇ ਪਰਫਾਰਮ ਕਰਨਾ ਫਿਰ ਵਧੀਆ ਜੇ ਖੇਡ ਰਿਹਾ ਬੱਚਾ ਤੇ ਉਹਨੂੰ ਨੌਕਰੀ ਵੀ ਦਿੱਤੀ ਜਾਂਦੀ ਸੀ ਸੋ ਲੋਕਾਂ ਨੂੰ ਇੱਕ ਉਤਸ਼ਾਹ ਮਿਲਦਾ ਉਹ ਚੀਜ਼ ਦੇ ਵਿੱਚ ਕਿ ਨਹੀਂ ਸਾਨੂੰ ਉਹ ਜੌਬ ਮਿਲ ਜਾਏਗੀ ਸਰਕਾਰ ਦੇ ਵੱਲੋਂ ਜੇ ਅਸੀਂ ਅੱਗੇ ਵਧੀਆ ਨਿਕਲ ਗਏ ਤਾਂ ਪਰ ਜਦੋਂ ਸਾਡੇ ਇਦਾਂ ਦੇ ਲੋਕ ਵਿਚਾਰੇ ਜਿਹੜੇ ਇੰਨਾ ਖੇਡ ਕੇ ਅੱਗੇ ਨਾ ਬਣਾ ਕੇ ਜਦ ਵਿਹਲੇ ਤੁਰੇ ਫਿਰਦੇ ਆ ਤੇ ਉਹਦੋਂ ਕਿਤਨਾ ਕਿਤੇ مایੁਸੀ ਹੁੰਦੀ ਚੀਜ਼ਾਂ ਦੇ ਬਿਲਕੁਲ ਉਸ ਟਾਈਮ ਦੇ ਉੱਤੇ ਉਤਸ਼ਾਹ ਤਾਂ ਖਿਡਾਰੀ ਤਾਂ ਹੁੰਦਾ ਹੀ ਹੁੰਦਾ ਜਦੋਂ ਮਤਲਬ ਮੈਡਲ ਜਦੋਂ ਜਿੱਤ ਕੇ ਆਉਂਦਾ ਨਾ ਜਦੋਂ ਫਿਰ ਪਿੰਡ ਦੇ ਵਿੱਚ ਵੱਡਦਾ ਐਂਟਰੀ ਦੇ ਉੱਤੇ ਸਵਾਗਤ ਐਮਐਲਏ ਆ ਜਵੇ ਜਾਂ ਐਮਪੀ ਆ ਜਵੇ ਆਇਆ ਖੜਾ ਹੁੰਦਾ ਸਵਾਗਤ ਕਰਨ ਵਾਸਤੇ ਉਹਦਾ ਉਸ ਤੋਂ ਬਾਅਦ ਉਹਦੇ ਗਲੇ ਦੇ ਵਿੱਚ ਹਾਰ ਪਾਇਆ ਜਾਂਦਾ ਫਿਰ ਉਹਨੂੰ ਵਾਦਾ ਕੀਤਾ ਜਾਂਦਾ ਉਹਦੇ ਨਾਲ ਫੋਟੋਆਂ ਖਿਜਵਾਈਆਂ ਜਾਂਦੀਆਂ ਨੇ ਫਿਰ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਉਂਦੇ ਵੀ ਨੇ ਵੀ ਇੰਨੇ ਸਾਡੇ ਦੇ ਦੇਖੋ ਪਿੰਡ ਦਾ ਨਾਮ ਰੋਸ਼ਨ ਕਰਤਾ ਉਸ ਤੋਂ ਬਾਅਦ ਫਿਰ ਜਦੋਂ ਉਹ ਅਗਲਾ ਨੌਕਰੀ ਮੰਗਣ ਇਹਨਾਂ ਦੇ ਕੋਲ ਜਾਂਦਾ ਉਹਦੇ ਮੂੰਹ ਫੇਰ ਲੈਂਦੇ ਨੇ ਫਿਰ ਤੂੰ ਕੌਣ ਦੇ ਮੈਂ ਕੌਣ ਬਿਲਕੁਲ ਇਹ ਚੀਜ਼ਾਂ ਜਾਂਦੀਆਂ ਨੇ ਕਿਵੇਂ ਬੰਦੇ ਨੂੰ ਪਛਾਣਦੇ ਵੀ ਨਹੀਂ ਆ ਕਿਤੇ ਕਈ ਕਿਸੇ ਸਾਲ ਤੱਕ ਲਮਕਾਈ ਰੱਖ ਦੇਣੀ ਤੁਸੀਂ ਇੱਕ ਕਬੱਡੀ ਖਿਡਾਰੀਆਂ ਦੀ ਗੱਲ ਕੀਤੀ ਮੈਂ ਪਿੱਛੇ ਜਿਹੜਾ ਇੱਕ ਇਦਾਂ ਦੇ ਇਹ ਚੀਜ਼ਾਂ ਨੇ ਕਿਸੀ ਕੰਮ ਦੀ ਤਲਾਸ਼ ਵਿੱਚ ਆ ਕੰਮ ਕੀ ਕਰੀਏ ਕਿਵੇਂ ਆਪਣਾ ਗੁਜ਼ਾਰਾ ਕਰੀਏ ਕਹਿੰਦਾ ਮੈਂ ਕਬੱਡੀ ਖੇਡਦਾ ਰਿਆ ਹਾਂ ਮੈਂ ਬੜੀ ਅੱਗੇ ਤੱਕ ਖੇਡਿਆ ਪਰ ਸਰਕਾਰਾਂ ਦੇ ਵੱਲੋਂ ਕੁਝ ਨਹੀਂ ਮਿਲਿਆ ਕੋਈ ਸਮਝ ਨਹੀਂ ਆ ਕਿ ਹੁਣ ਅੱਗੇ ਕਿਵੇਂ ਜਾਇਆ ਜਾਏ ਜਦੋਂ ਇਹੋ ਜਿਹੇ ਲੋਕ ਜੋ ਕਿ ਦੂਜਿਆਂ ਨੂੰ ਇਨਸਪਾਇਰ ਕਰਦੇ ਨੇ ਕੁਝ ਵਧੀਆ ਕਰਦੇ ਨੇ ਜੇ ਸਰਕਾਰਾਂ ਇਹਨਾਂ ਦੀ ਬਾਣੀ ਫੜਨ ਗਿਆ ਤੇ ਫਿਰ ਅਜਿਹੇ ਲੋਕ ਕੀ ਕਰਨਗੇ ਬਿਲਕੁਲ ਅੱਗੇ ਵਧਣਗੇ ਕਿਵੇਂ ਤੁਸੀਂ ਕਹਿੰਦੇ ਹੋ ਵੀ ਖੇਡਾਂ ਵਾਸਤੇ ਜੀ ਬੱਚੇ ਜਿਹੜੇ ਅੱਗੇ ਨਹੀਂ ਆਉਂਦੇ ਛੋਟੇ ਹੁੰਦੇ ਸਕੂਲਾਂ ਦੇ ਵਿੱਚ ਉਹਨਾਂ ਨੂੰ ਖੇਡ ਜਿਹੜੀ ਆ ਉਹਨਾਂ ਨੂੰ ਦਵਾਇਆ ਜਾਣਾ ਚਾਹੀਦਾ ਇੱਕ ਕਲਾਸ ਖੇਡ ਦੀ ਨੀ ਉਹਨਾਂ ਦੀ ਜਦੋਂ ਉਹਨਾਂ ਨੂੰ ਅੱਗੇ ਪਤਾ ਵੀ ਸਾਡਾ ਕੁਝ ਬੰਨਣਾ ਹੀ ਨਹੀਂ ਖੇਡ ਖੂੜ ਕੇ ਉਸ ਤੋਂ ਬਾਅਦ ਸਾਨੂੰ ਜੂਸ ਦੀਆਂ ਰੇੜੀਆਂ ਲਾਉਣੀਆਂ ਪੈਣੀਆਂ ਚਾਹ ਦੇ ਖੋਖੇ ਲਾਣੇ ਪੈਣੇ ਆ ਤੇ ਉਸ ਤੋਂ ਬਾਅਦ ਅਗਲਾ ਕਹਿੰਦਾ ਵੀ ਛੱਡੋ ਪਰੇ ਕੀ ਕਰਨਾ ਇੰਟਰਨੈਸ਼ਨਲ ਖਿਡਾਰੀ ਵੀ ਫਿਰ ਸਾਈਡ ਤੇ ਚੁੱਪ ਕਰਕੇ ਬਹਿ ਜਾਂਦੇ ਨੇ ਵੀ ਭਾਈ ਛੱਡੋ ਪਰੇ ਇਹਨੇ ਤਾਂ ਕੱਖ ਨਹੀਂ ਹੋਣਾ ਹੁਣ ਸਰਕਾਰਾਂ ਦੇ ਹਾਲ ਇਹ ਹੋਏ ਪਏ ਨੇ ਇਸ ਵੇਲੇ ਹਰ ਕਿਸੇ ਨੂੰ بس ਰਾਜਨੀਤੀ ਸੋਝਦੀ ਹੈ 2016 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀਗੀ ਉਹਨਾਂ ਨੇ ਜਾਂਦੇ ਜਾਂਦੇ ਕਿਉਂਕਿ ਆਖਰੀ ਸਮਾਂ ਰਹਿ ਗਿਆ ਸੀਗਾ ਨੋਟੀਫਿਕੇਸ਼ਨ ਜਾਰੀ ਕਰਤਾ ਵੀ ਅਸੀਂ ਡਰਾਈਵਰਾਂ ਵਾਸਤੇ ਉਹਨਾਂ ਨੇ ਪੋਸਟਾਂ 10 ਬੰਦੇ ਜਿਹੜੇ ਨੇ ਸਿਲੈਕਟ ਕੀਤੇ ਜਾਂਦੇ ਨੇ ਵੀ ਥੋੜੀ ਥੋੜੀ ਭਰਤੀ ਹੋ ਜੂਗੀ ਠੀਕ ਹੈ ਉਸ ਤੋਂ ਬਾਅਦ ਦੂਸਰੀ ਸਰਕਾਰ ਆ ਜਾਂਦੀ ਹੈ 2018 ਦੇ ਵਿੱਚ ਉਹਨਾਂ 210 ਬੰਦਿਆਂ ਦੇ ਦੁਆਰਾ ਟੈਸਟ ਹੁੰਦਾ ਉਹਦੇ ਵਿੱਚੋਂ ਦੀ ਭਰਤੀ ਕਿੰਨਿਆਂ ਦੀ ਹੋਣੀ ਹੈ ਕਿਹੜਾ ਕਿਹੜਾ ਸਿਲੈਕਟ ਕਰ ਲਿਆ ਮੈਰਿਟ ਲਿਸਟ ਹਲੇ ਆਉਣੀ ਹੈ ਭਰਤੀਆਂ ਕਦੋਂ ਹੋਣੀਆਂ ਨੇ ਸਾਰੇ ਡਾਕੂਮੈਂਟੇਸ਼ਨ ਹੋ ਚੁੱਕੀ ਸਾਰਾ ਕੁਝ ਹੋ ਚੁੱਕਿਆ ਸਿਰਫ ਇੱਕ ਇਹ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਦੀ ਭਰਤੀਆਂ ਹੁਣ ਹੋਣੀਆਂ ਕਦੋਂ ਆ ਮਤਲਬ ਡਾਕੂਮੈਂਟਸ ਵੀ ਪੂਰੇ ਆ ਸਾਰਾ ਕੁਝ ਪੂਰਾ ਹੈ 2016 ਤੋਂ ਲੈ ਕੇ 2021 ਚੜ ਗਿਆ 6 ਸਾਲ ਹੋ ਗਏ ਹਲੇ ਤੱਕ ਇਹ ਨੇ ਜਿਹੜੇ ਹੁਣ ਤੱਕ ਬੈਠੇ ਨੇ ਹੁਣ ਉਹਨਾਂ ਨੇ ਉਹਨਾਂ ਨੇ ਵੀ ਫੈਸਲਾ ਆਖਿਰਚੇ ਇਹੀ ਕੀਤਾ ਵੀ ਸਾਨੂੰ ਧਰਨਾ ਹੀ ਲਾਉਣਾ ਪੈਣਾ ਹੈ। ਨਹੀਂ ਲੱਗ ਰਹੇ ਨੇ ਬਾਰ ਬਾਰ ਅਸੀਂ ਹਮੇਸ਼ਾ ਜਦੋਂ ਵੀ ਰੋਜ਼ ਗੱਲ ਕਰਦੇ ਕਿਸੇ ਨਾ ਕਿਸੇ ਚੀਜ਼ ਦੀ ਕੋਈ ਨਾ ਕੋਈ ਧਰਨਾ ਜ਼ਰੂਰ ਨਿਕਲ ਆਉਂਦਾ ਹੈ। ਉੱਥੇ ਜੇ ਗੱਲ ਕਰੀਏ 5-6 ਸਾਲ ਦੀ ਤਾਂ 5-6 ਸਾਲ ਕਿਸੇ ਇੱਕ ਚੀਜ਼ ਨੂੰ ਦੇਖ ਕੇ ਬੈਠ ਜਾਣਾ ਹੋ ਸਕਦਾ ਕਿਸੇ ਬੰਦੇ ਨੂੰ ਕੋਈ ਹੋਰ ਪਲੈਨਿੰਗ ਕਰਨੀ ਹੋਵੇ ਉਹ ਚਾਰੇ ਨੇ ਪਲੈਨਿੰਗ ਵੀ ਨਹੀਂ ਕੀਤੀ ਉਹਨੇ ਮੈਂ ਅੱਗੇ ਜ਼ਿੰਦਗੀ ਵਿੱਚ ਕੀ ਕਰਨਾ ਹੈ ਸੋਚਿਆ ਕਿ ਨਹੀਂ ਜੇ ਮਿੰਨ ਨੂੰ ਨੌਕਰੀ ਮਿਲੀ ਹੋਈ ਆ ਬਸ ਮੈਂ ਨੌਕਰੀ ਤੇ ਜਾਣ ਵਾਲਾ ਹੀ ਆ ਪਰ ਕਦੋਂ ਜਾਣਾ ਉਹੀ ਨੁਸੀ ਪਰਤੀ ਕਰ ਵੀ ਰਹੇ ਆ ਤੁਹਾਡੇ ਜਾਂ ਨਹੀਂ ਕਰ ਰਹੇ 5-6 ਸਾਲ ਦੇ ਵਿੱਚ ਜਦੋਂ ਇੰਨੇ ਲੋਕ ਇੰਨੇ ਫਰਸਟ੍ਰੇਟ ਹੋ ਰਹੇ ਤਾਂ ਬਾਕੀ ਲੋਕਾਂ ਦਾ ਕੀ ਹਾਲ ਹੈ ਤੁਸੀਂ ਇਹ ਦੇਖੋ ਵੀ ਉਹਨਾਂ ਦੇ ਵਿੱਚੋਂ ਕੁਝ ਕੁ ਇਦਾਂ ਦੇ ਸੀਗੇ ਜਿਨ੍ਹਾਂ ਦੀ ਉਮਰ 35 ਸਾਲ ਸੀਗੀ 40 ਸਾਲ ਸੀਗੀ 45 ਸਾਲ ਸੀਗੀ ਅੱਗੇ-ਅੱਗੇ ਉਮਰ ਵੱਧਦੀ ਜਾ ਰਹੀ ਹੈ ਉਮਰਾਂ ਵਧੀਆਂ ਜਾਂਦੀਆਂ ਨੇ ਨੌਕਰੀ ਹਲੇ ਤੱਕ ਮਿਲ ਨਹੀਂ ਰਹੀ ਮੁਰਕੇ ਪਰਿਵਾਰ ਵੀ ਹੁੰਦਾ ਪਰਿਵਾਰ ਵਿਪਾਰਨ ਅਗਲਾ ਕਰੇ ਕਿ ਜਿਹੜੇ ਆਲਰੇਡੀ ਡਰਾਈਵਰ ਦੀ ਜੌਬ ਵਾਸਤੇ ਭਰ ਰਹੇ ਨੇ ਥੈਟ ਮੀਨਸ ਕਿ ਉਹ ਹੋਰ ਕਿਸੇ ਖਿੱਤੇ ਵੱਲ ਹਲੇ ਜਾਣ ਲਈ ਹੈ ਨਹੀਂ ਜਿਹੜੇ ਕਿ ਜਿਨ੍ਹਾਂ ਕੋ ਉਹਨਾਂ ਨੂੰ ਲੱਗਦਾ ਵੀ ਅਸੀਂ ਕਰ ਸਕਦੇ ਹਾਂ ਜਿਹੜੀ ਚੀਜ਼ ਜਿਹੜੀ ਚੀਜ਼ ਵਾਸਤੇ ਅਸੀਂ ਟ੍ਰੇਨਾਂ ਕੀ ਕਰੇ ਜੋ ਉਹਨਾਂ ਕੋਲ ਇੰਨਾ ਹੀ ਪੈਸਾ ਹੁੰਦਾ ਵੀ ਅਗਲੇ ਨੇ ਬਿਜ਼ਨਸ ਕਰ ਲੈਣਾ ਤੇ ਉਹ ਫਿਰ ਹੁਣ ਤੱਕ ਤੁਹਾਡੀਆਂ ਡਰਾਈਵਰਾਂ ਦੀਆਂ ਨੌਕਰੀਆਂ ਚ ਚ ਇਹੋ ਚੀਜ਼ਾਂ ਨੇ ਨਾ ਸਰਕਾਰਾਂ ਖਿਰ ਪੋਲਿਟਿਕਸ ਖੇਡਦੇ ਆ ਨੇ ਜਦੋਂ ਇਹ ਪਤਾ ਇਲੈਕਸ਼ਨਸ ਆਣ ਵਾਲੀਆਂ ਨੇ ਜੇ ਹੁਣ ਤਾਂ ਵੋਟਾਂ ਦਾ ਟਾਈਮ ਆ ਗਿਆ ਹੁਣ ਤਾਂ ਚੋਣਾਂ ਲੜਨ ਲਈ ਆਪਾਂ ਤਿਆਰ ਬੈਠੇ ਆ ਇਸ ਪੂਰੇ ਮੈਦਾਨ ਦੇ ਵਿੱਚ ਤਾਂ ਉਦੋਂ ਉਹਨਾਂ ਨੂੰ ਤਾਂ ਠੀਕ ਹੈ ਜੀ ਵਾਦਾ ਕਰ ਦਿੰਨੇ ਕੋਈ ਅਸੀਂ ਆ ਕਰ ਦਿੰਨੇ ਤੁਹਾਡੇ ਲਈ ਤੁਸੀਂ ਸਾਨੂੰ ਜਿਤਾ ਦਿਓ ਪਰ ਜਿੱਤੇ ਚਾਹੇ ਹਾਰੇ ਉਹਨਾਂ ਨਾਲ ਬੱਚ ਕੋਈ ਫਰਕ ਨਹੀਂ ਪੈਂਦਾ ਮੁਰਕੇ ਇਹਨਾਂ ਕਹਿ ਦਿੰਦੇ ਨੇ ਇਹ ਤਾਂ ਪਿਛਲੀ ਸਰਕਾਰ ਨੇ ਕੀਤਾ ਸੀਗਾ ਪਿਛਲੀ ਸਰਕਾਰ ਨੇ ਭਰਤੀਆਂ ਕੀਤੀਆਂ ਸੀਗੀਆਂ ਵੀ ਅਸੀਂ ਹੁਣੇ ਦਾ ਕੀ ਕਰੀਏ ਆਪ ਆਗੇ ਕਹਿੰਦੇ ਨੇ ਕਰ ਕਰ ਨੌਕਰੀ ਦਵਾਂਗੇ ਵੀ ਪ੍ਰਾਣੀ ਵਾਲੀਆਂ ਤਾਂ ਦੇ ਦਿਓ ਜਿਹੜੇ ਭਰਤੀ ਮਤਲਬ ਜਿਹੜੇ ਸਾਰਾ ਕੁਝ ਕਰੀ ਬੈਠੇ ਨਾ ਉਹਨਾਂ ਨੂੰ ਨੌکریاں ਤੁਸੀਂ ਦੇ ਨਹੀਂ ਰਹੇ ਅੱਗੇ ਦੀ ਅੱਗੇ ਭਰਤੀਆਂ ਤੁਸੀਂ ਗੱਡੀ ਜਾਣੇ ਹੋ ਭਾਈ ਅਸੀਂ ਨੌਕਰੀ ਦੇ ਦਾਂਗੇ ਤੇ ਪੁਰਾਣੇ ਜਿਹੜੇ ਬੈਠੇ ਨੇ ਉਹਨਾਂ ਨੂੰ ਤਾਂ ਦੇ ਲਓ ਪਹਿਲਾਂ ਬਿਲਕੁਲ ਇਹ ਹੀ ਚੀਜ਼ ਜਾਣੇ ਤੇ ਇਹਦੇ ਕਰਕੇ ਕਿਤਨੇ ਕਿਤੇ ਚੀਜ਼ਾਂ ਹੋ ਰਹੀਆਂ ਨੇ ਕਿ ਜਿਹੜੇ ਲੋਕ ਨੇ ਵਿਚਾਰੇ ਆ ਆਪਾਂ ਹਮੇਸ਼ਾ ਗੱਲ ਕਰਦੇ ਕਿ ਇੰਨਾ ਜ਼ਿਆਦਾ ਅਨਇੰਪਲੋਇਮੈਂਟ ਹੋ ਚੁੱਕਾ ਹੈ ਸਾਡੇ ਦੇਸ਼ ਦੇ ਵਿੱਚ ਕੁਝ ਇਦਾਂ ਦੇ ਲੋਕ ਨੇ ਜਿਹੜੇ ਸਰਕਾਰਾਂ ਦੇ ਉੱਪਰ ਉਮੀਦ ਲਗਾ ਕੇ ਬੈਠੇ ਹੋਏ ਨੇ ਤੇ ਕੁਝ ਹੋਣ ਲੋਕ ਇਦਾਂ ਦੇ ਵੀ ਜਿਹਨਾਂ ਨੇ ਸਰਕਾਰਾਂ ਦੇ ਕੋਲ ਉਮੀਦ ਬਿਲਕੁਲ ਹੀ ਲਗਾਉਣੀ ਛੜੀ ਦਿੱਤੀ ਬਿਲਕੁਲ ਬਸ ਉਹਨਾਂ ਨੂੰ ਫੋਨ ਆਇਆ ਇੱਕ ਕਹਿੰਦੇ ਜੀ ਆਪਨੇ ਕਿਤਨੀ ਪੜਾਈ ਕੀਤੀ ਹੋਈ ਆ ਅੱਛਾ ਦੱਸ ਦੋ ਇਹ ਨਹੀਂ ਕੀਤੀ ਹੋਈ ਆ ਅੱਛਾ ਆਪਕੀ ਉਮਰ ਕਿਤਨੀ ਹੈ ਦੱਸ ਦਈਏ ਨਹੀਂ ਉਮਰ ਕਹਿੰਦੇ ਸਰਕਾਰੀ ਨੌਕਰੀ ਕਰਨਾ ਚਾਹੇਂਗੇ ਆਪ ਅੱਛਾ ਕਿ ਫੋਨ ਕਰ ਦੋ ਜੇ ਤੇ ਜੇ ਕਿਉਂਕਿ ਇਸ ਵੇਲੇ ਸਰਕਾਰੀ ਨੌਕਰੀਆਂ ਦੇ ਹਾਲ ਪਤਾ ਹੈ ਇਹਨਾਂ ਨੇ ਭਰਤੀ ਕਰਾ ਲੈਣੀ ਆ ਪੇਪਰ ਭਰਾ ਲੈਣੇ ਆ ਹੁਣ ਕੇ ਨੌਕਰੀ ਮਿਲਣੇ ਵਾਲੇ ਬੁੱਢੇ ਹੋ ਕੇ ਜਾ ਕੇ ਕਦੋਂ ਮੈਨੂੰ ਕੋਈ ਭਰੋਸਾ ਨਹੀਂ ਉਹ ਤੇ ਲਮਕਾਈ ਰੱਖਣਾ ਅਗਰ ਮੱਕੇ ਕਿ ਲੰਬੇ ਟਾਈਮ ਤੱਕ ਸੋ ਬੰਦੇ ਨੇ ਕਿਤੇ ਦਾ ਕਿਤੇ ਪਹੁੰਚ ਜਾਣਾ ਪਰ ਉਹ ਨੌਕਰੀ ਤਾਂ ਪਤਾ ਨਹੀਂ ਲੱਗਣਾ ਸੋ ਜੇ ਹਣਾ ਫਾਰਮ ਆਪਟੈਸ ਦਾ ਆਪ ਰੋਜ਼ਾਨਾ ਗੱਲ ਕਰ ਹੀ ਲੈਣਾ ਕਿਉਂਕਿ ਕੋਈ ਨਾ ਕੋਈ ਜਿਹੜੀ ਅਪਡੇਟ ਆਏ ਸੀ ਨੂੰ ਲੈ ਕੇ ਆਏ ਜਾਂਦੇ ਕਿ ਲੰਬੇ ਸਮੇਂ ਜਿਹੜੇ ਨੇ ਲੱਗੇ ਹੋਏ ਨੇ ਆਪਾਂ ਸਟਾਰਟਿੰਗ ਤੋਂ ਇਹ ਚੀਜ਼ਾਂ ਆਉਂਦੀਆਂ ਸੀ ਕਿ ਅੱਛਾ ਜੀ ਇਸ ਪਾਰਟੀ ਦਾ ਇਹ ਅੰਦੋਲਨ ਉਸ ਪਾਰਟੀ ਦਾ ਅੰਦੋਲਨ ਆ ਕੋਸ਼ਿਸ਼ ਬੜੀ ਕੀਤੀ ਜਾ ਰਹੀ ਸ਼ੁਰੂ ਤੋਂ ਇਸ ਚੀਜ਼ ਨੂੰ ਕਿ ਇੱਕ ਪੋਲੀਟੀਕਲ ਐਂਗਲ ਦੇ ਤੇ ਦਿੱਤਾ ਜਾਵੇ ਇਹਨੂੰ ਕਿ ਹਾਂ ਜਿਹੜੇ ਦੂਸਰੀ ਪਾਰਟੀ ਦੇ ਲੀਡਰਸ ਆ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਹੈ ਕਦੇ ਧਰਨੇ ਜਿਹੜੇ ਲਗਾਏ ਜਾ ਰਹੇ ਨੇ ਕਦੇ ਸਟੇਟਮੈਂਟਸ ਆ ਜਾਂਦੀਆਂ ਨੇ ਕਿ ਦੇਖੋ ਇਹ ਚੀਜ਼ ਹੋ ਰਹੀ ਆ ਅਸੀਂ ਕਿਸਾਨਾਂ ਦੇ ਬਿਲਕੁਲ ਬਿਆਨ ਜਿਹੜੇ ਨੇ ਜਿਬੋਗ੍ਰਿਪ ਤਰੀਕੇ ਤੇ ਆ ਰਹੇ ਨੇ ਦੂਸਰੇ ਪਾਸੇ ਆਪਣੀ ਪਾਰਟੀ ਜਦੋਂ ਵਾਰ ਕਰਦੀ ਹੈ ਨਾ ਇਹ ਹੁਣ ਕਾਂਗਰਸ ਦੇ ਵਿੱਚ ਤਾਂ ਦੇਖਿਆ ਸੀਗਾ ਵੀ ਕਾਂਗਰਸ ਪਾਰਟੀ ਵਾਲੇ ਆਪਣੇ ਵਿੱਚ ਹੀ ਇੰਨਾ ਉਲਝੇ ਹੋਏ ਨੇ ਇੱਕ ਦੂਸਰੇ ਦੇ ਉੱਤੇ ਲੰਚਨ ਲਗਾ ਚ ਲੱਗੇ ਹੋਏ ਨੇ ਇਹਨੇ ਇਹ ਨਹੀਂ ਕੀਤਾ ਉਹਨੇ ਉਹ ਨਹੀਂ ਕੀਤਾ ਫਲਾਣਾ ਨਹੀਂ ਕੀਤਾ ਟਮਕਾਣਾ ਨਹੀਂ ਕੀਤਾ ਇਹ ਕਾਂਗਰਸ ਪਾਰਟੀ 'ਚ ਚੱਲ ਰਿਆ ਸੀ ਵੀ ਦੂਸਰੀ ਜਿਹੜੀ ਪਾਰਟੀਆਂ ਨੇ ਉਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਮਤਲਬ ਲੱਗੀਆਂ ਹੋਈਆਂ ਨੇ ਆਪਣੀ ਆਪਣੀ ਤਿਆਰੀ ਕਰ ਰਹੀਆਂ ਨੇ ਆਪਣੇ ਆਪਣਾ ਚੋਣ ਪ੍ਰਚਾਰ ਕਰ ਰਹੀਆਂ ਨੇ ਵੀ ਅਸੀਂ ਅੱਗੇ ਜਾ ਕੇ ਕਿਵੇਂ ਰਣਨੀਤੀ ਬਣਾਉਣੀ ਹੈ ਦੂਜੀ ਪਾਰਟੀਆਂ ਨੂੰ ਭੰਡ ਰਹੀਆਂ ਨੇ ਆਪਣੇ ਆਪ ਨੂੰ ਤੁਹਾਡਾ ਮੰਤਰੀ ਹੈ ਉਹਨਾਂ ਨੇ ਬਿਆਨ ਦਿੱਤਾ ਓਮ ਪ੍ਰਕਾਸ਼ ਨੇ ਕਹਿੰਦੇ ਜੀ ਵੀ ਜੇ ਬੀਜੇਪੀ ਵਾਲੇ ਤੁਹਾਡੇ ਕੋਲ ਵੋਟ ਮੰਗਣ ਆਉਂਦੇ ਨੇ ਯੂਪੀ ਦੇ ਸਾਬਕਾ ਮੰਤਰੀ ਨੇ ਕਹਿੰਦੇ ਜੇ ਕੋਈ ਤੁਹਾਡੇ ਕੋਲ ਬੀਜੇਪੀ ਵਾਲੇ ਵੋਟ ਮੰਗਣ ਆਉਂਦੇ ਨਾ ਉਹਨਾਂ ਨੇ ਸਪੈਸ਼ਲੀ ਔਰਤਾਂ ਨੂੰ ਅਪੀਲ ਕੀਤੀ ਐ ਵੀ ਇਹਨਾਂ ਦਾ ਇਹੋ ਜਿਹਾ ਫੈਂਟੀ ਚੜਾਉਣਾ ਇਹਨਾਂ ਦੀ ਵੀ ਇਹ ਮਤਲਬ ਨਾ ਆਪ ਨਾ ਜਾ ਸਕਣ ਚਾਰ ਬੰਦੇ ਚੱਕ ਕੇ ਲੈ ਕੇ ਜਾਣ ਇਹਨਾਂ ਨੂੰ ਇੰਨੀ ਦੇਖਿਆ ਜਾਵੇ ਤਾਂ ਕੀ ਹਾਲ ਆ ਇਹਨਾਂ ਦਾ ਕਿ ਬੰਦਾ ਜਿਹੜਾ ਆਪਣੀ ਪਾਰਟੀ ਦੇ ਚੀਜ਼ ਦੀ ਗੱਲ ਕੀਤੀ ਜਾਂਦੀ ਜਿਸ ਤਰੀਕੇ ਦੇ ਨਾਲ ਸਟੇਟਮੈਂਟਸ ਆ ਰਹੀਆਂ ਇਹਨਾਂ ਦੇ ਵੱਲੋਂ ਕਿ ਇਸ ਟਾਈਮ ਤੇ ਮੈਨੂੰ ਲੱਗਦਾ ਨਹੀਂ ਕਿ ਲੋਕਾਂ ਨੂੰ ਕ ਟੀਮਾਂ ਬਣਾਈਆਂ ਹੋਈਆਂ ਨੇ ਆਪਸ ਵਿੱਚ ਉਹਨਾਂ ਨੇ ਡਿਸਾਈਡ ਕਰ ਲਿਆ ਵੀ ਕਿਹੜਾ ਬੰਦਾ ਜਿਹੜਾ ਬੋਲਣਾ ਲੈ ਕਈ ਬੰਦੇ ਉਹਨਾਂ ਸੰਗ ਦੇ ਨੇ ਅੰਦਰ ਹੀ ਰੱਖਦੇ ਨੇ ਮਨ ਦੇ ਵਿੱਚ ਵੀ ਪੜਾਸਤਾ ਹੈਗੀ ਆ ਪਰ ਕੱਢਣੀ ਨਹੀਂ ਆਉਂਦੀ ਬੋਲਣਾ ਨਹੀਂ ਆਂਦਾ ਨਾ ਕੈਮਰੇ ਤੇ ਬੋਲਣਾ ਆਵੇ ਨਾ ਉਂ ਜਦੋਂ ਬੰਦਾ ਸਾਹਮਣੇ ਆਜੇ ਤਾਂ ਘਬਰਾਜੇ ਜਾਂਦੇ ਨੇ ਤੇ ਕਹਿੰਦੇ ਵੀ ਜਿਹੜੇ ਬੋਲਣ ਵਾਲੇ ਬੰਦੇ ਨੇ ਨਾ ਉਹ ਮੁਰੇ ਹੋ ਜੋ ਇਹ ਜਿਹੜਾ ਜਿਹੜਾ ਕੋਈ ਮੰਤਰੀ ਆਉਂਦੇ ਜਿਹੜਾ ਕੋਈ ਲੀਡਰ ਆਉਂਦਾ ਇਹਨਾਂ ਨੂੰ ਸਵਾਲ ਪੁੱਛੋ ਇਹ ਦੱਸੋ ਤੁਸੀਂ ਆ ਵਾਅਦਾ ਕੀਤਾ ਸੀ ਕੀਤਾ ਕਿ ਨਹੀਂ ਕੀਤਾ ਪੂਰਾ ਕਰਤਾ ਤਾਂ ਦੱਸੋ ਨਹੀਂ ਕਰਤਾ ਤਾਂ ਬਾਹਰ ਹੋ ਜੋ ਨਿਕਲ ਜਾਓ ਸਾਡੇ ਪਿੰਡ ਦੇ ਵਿੱਚੋਂ ਹਾਂ ਤਾਂ ਇਹਨ ਇਹ ਲੈਣੇ ਗੱਲ ਪੈ ਗਈ ਨਾ ਸਾਡੇ ਬਿਲਕੁਲ ਇਹਨਾਂ ਨੇ ਤਾਂ ਅੰਦਰ ਦੇ ਜਿਹੜੇ ਭੇਦ ਨੇ ਨਾ ਉਹ ਵੀ ਖੋਲਣੇ ਸ਼ੁਰੂ ਕਰਤੇ ਇਹਨਾਂ ਨੇ ਬਿਆਨ ਦੇ ਦਿੱਤੇ ਕਹਿੰਦੇ ਜੀ ਇਹ ਜਿਹੜੇ ਨੇ ਨਸ਼ੇ ਕਰਦੇ ਨੇ ਨਸ਼ਿਆਂ ਦੇ ਨਾਮ ਵੀ ਲਿੱਤੇ ਚਲੋ ਅਸੀਂ ਨਹੀਂ ਲੰਦੇ ਨਸ਼ੇ ਕਰਦੇ ਨੇ ਬੜੇ ਭੜੇ ਨਸ਼ੇ ਕਰਦੇ ਨੇ ਕਹਿੰਦੇ ਗੁੰਡਾਗਰਦੀ ਕਰਦੇ ਨੇ ਆਪਣੀ ਪਾਰਟੀ ਦੇ ਅੰਦਰ ਦੇ ਭੇਦ ਮਤਲਬ ਆਪ ਹੀ ਖੋਲਣੇ ਸ਼ੁਰੂ ਕਰਤੇ ਕਹਿੰਦੇ ਹੁੰਦੇ ਨਾ ਵੀ ਦੁਸ਼ਮਣ ਦਾ ਦੁਸ਼ਮਣ ਦੋਸਤ ਤੇ ਉਹੀ ਵਾਲਾ ਕੰਮ ਇਹਨਾਂ ਦਾ ਹੋ ਜਾਂਦਾ ਉਸ ਤੋਂ ਬਾਅਦ ਹੁਣ ਵੀ ਇਹੀ ਦੇਖਣ ਨੂੰ ਮਿਲ ਰਿਹਾ ਅੰਦਰ ਦੇ ਭੇਦ ਵੀ ਖੋਲ ਰਹੇ ਨੇ ਵੀ ਕਿਸ ਤਰੀਕੇ ਦੇ ਨਾਲ ਕੰਮ ਕਰਦੇ ਨੇ ਕਿਸ ਤਰੀਕੇ ਦੇ ਨਾਲ ਗੁੰਡ ਪਰ ਕਹਿੰਦੇ ਐਤਕੀ ਜੇ ਕੋਈ ਆ ਗਿਆ ਪੈਂਟੀ ਜਰੂਰ ਚੜਦੇਓ ਬਸ ਫੇਰ ਉਹੀ ਚੀਜ਼ ਆ ਕਿ ਇਹਨਾਂ ਨੇ ਤੇ ਆਪਣਾ ਜਿਹੜਾ ਨਾ ਕਹਿੰਦੇ ਪੇਟ ਸੇ ਆਪਾਂ ਲੋਕਾਂ ਦੇ ਤੇ ਜਿਹੜਾ ਲੋਕਾਂ ਦਾ ਘਾਰ ਹੀ ਰਹੇ ਸੀ ਇਹਨਾਂ ਦਾ ਪਰ ਨਾ ਦੇ ਨਾਲ ਆਪਣਾ ਵੀ ਨਾ ਆਪਣਾ ਕਰਨਾ ਸਟਾਰਟ ਕਰ ਦਿੱਤਾ ਜਲੂਸ ਤੁਸੀਂ ਬਿਲਕੁਲ ਸਹੀ ਵਰਡ ਕਿਹਾ ਕਿ ਜਲੂਸ ਜਿਹੜਾ ਆਪੇ ਕੱਢਿਆ ਜਾ ਰਹਿਣ ਦਾ ਆਪਣੇ ਵੱਲ ਪਰ ਹੁਣ ਇਹਨਾਂ ਦੀ ਹਿੰਮਤ ਦੀ ਦਾਤ ਦੇਣੀ ਪੈਗੀ ਜੇ ਲੋਕ ਜਾਣਗੇ ਲੀਡਰ ਘਰਾਂ ਦੇ ਵਿੱਚ ਲੋਕਾਂ ਦੇ ਵੋਟਾਂ ਮੰਗਣ ਵੈਸੇ ਲੱਗਦਾ ਤਾਂ ਨਹੀਂ ਹਿੰਮਤ ਕਰਨਗੇ ਪਰ ਫਿਰ ਵਿੱਚ ਜਾਣ ਦੇ ਫਿਰ ਬੜੀ ਹਿੰਮਤ ਵਾਲੀ ਗੱਲ ਹੋਏਗੀ ਪਰ ਕਹਿੰਦੇ ਨਾ ਵੀ ਰਾਜਨੀਤੀ ਦੇ ਵਿੱਚ ਆਉਂਦਾ ਇੱਕ ਅਸੂਲ ਹੋ ਸਕਦਾ ਤਾਂ ਇਸ ਕਰਕੇ ਕੋਈ ਤੁਹਾਨੂੰ ਇਹ ਸੋਚਣ ਦੀ ਲੋੜ ਨਹੀਂ ਹੈਗੀ ਵੀ ਸ਼ਰਮ ਕਰਨਗੇ ਆਉਣ ਲੱਗੇ ਲੀਡਰ ਆਉਣਗੇ ਤੁਹਾਡੇ ਘਰਾਂ ਦੇ ਅੰਦਰ ਜਾ ਕੇ ਫਿਰ ਚਪਲਾਂ ਸਾਫ਼ ਕਰਨ ਤੱਕ ਜਾਣਗੇ ਤੁਹਾਡੀਆਂ ਕਿਉਂਕਿ ਇੱਕ ਮੰਤਰੀ ਪੰਜਾਬ ਦੇ ਹੈਗੇ ਨੇ ਪਹਿਲਾਂ ਵਾਅਦੇ ਬਹੁਤ ਵੱਡੇ ਕਰਦੇ ਸੀਗੇ ਇਹਨਾਂ ਨੇ ਵੀ ਅਸੀਂ ਐ ਕਰਾਂਗੇ ਉਹ ਕਰਾਂਗੇ ਫਨਾਣਾ ਕਰਾਂਗੇ ਕੀਤਾ ਕੁਝ ਹੈ ਨਹੀਂ ਤੇ ਹੁਣ ਜਦੋਂ ਵੋਟਾਂ ਨੇੜੇ ਆ ਗਈਆਂ ਤੇ ਹੁਣ ਸੀਵਰੇਜ ਸਾਫ਼ ਕਰਦੇ ਫਿਰਦੇ ਨੇ ਕਹਿੰਦੇ ਚਾਹੇ ਮੈਨੂੰ ਗੱਟਰ ਦੇ ਵਿੱਚ ਬੜ ਕੇ ਖੁਦ ਸਾਫ਼ ਕਰਨਾ ਪਵੇ ਮੈਂ ਤਾਂ ਵੀ ਕਰੂੰਗਾ ਇੱਕ ਬਦ ਲੋਕਾਂ ਨੇ ਸਮਝੀ ਲਿਆਣਾ ਕਿ ਕੀ ਦੀ ਗੱਲ ਕਰ ਰਹੀਆਂ ਹੁਣ ਜਾਣਗੇ ਬਥੇਰਾ ਕੁਝ ਕਰਨ ਨੂੰ ਜਾਣਗੇ ਸ਼ਰਮ ਸ਼ਰਮ ਨਹੀਂ ਇਹਨਾਂ ਨੂੰ ਆਉਂਦੀ ਬਸ ਸ਼ਰਮ ਦੀ ਗੱਲ ਕੋਈ ਗੱਲ ਨਹੀਂ ਮੈਨੂੰ ਲੱਗਦਾ ਪਰ ਇਸ ਵਾਰ ਲੋਕਾਂ ਨੇ ਵੀ ਸ਼ਰਮ ਨਹੀਂ ਕਰਨੀ ਫਿਰ ਇਹਨਾਂ ਦਾ ਪੇਟ ਅੱਸੀ ਆਪਾ ਕਰਨ ਲੱਗਾ ਘਟਾਪਾ ਕਰਨ ਲੱਗਾ ਘਰਾਂ ਦੇ ਵਿੱਚ ਤੁਸੀਂ ਇਸ ਮਸਲੇ ਦੀ ਗੱਲ ਕੀਤੀ ਪਿੱਛੇ ਜੇ ਵੀ ਚੀਜ਼ ਹੋਈ ਸੀ ਕਿ ਇੱਕ ਜਗ੍ਹਾ ਤੇ ਇੱਕ ਲੀਡਰ ਇਸ ਇਲੈਕਸ਼ਨ ਦੇ ਚੱਕਰ ਵਿੱਚ ਕਿਸੇ ਦੇ ਘਰ ਜਾ ਕੇ ਕੱਪੜੇ ਧੋਣੇ ਸਟਾਰਟ ਕਰਤੇ ਉਹਨੇ ਜਾ ਕੇ ਲੇਡੀ ਕੱਪੜੇ ਧੋਰੀਆਂ ਹੱਥਾਂ 'ਚ ਉਹਦੇ ਕੱਪੜੇ ਫੜ ਕੇ ਉਹਨੇ ਭਾਂਡੇ ਕੱਪੜੇ ਧੋਣੇ ਸਟਾਰਟ ਕਰਤੇ ਕਿ ਨਹੀਂ ਸਾਨੂੰ ਵੋਟਾਂ ਪਾਓ ਬ੍ਰਿਕਤ ਬਾਦ ਬ੍ਰਿਕਤ ਬਾਦ ਇੱਕ ਵਾਰ ਫਿਰ ਵਿਜ਼ਨ ਪੰਜਾਬ ਟੀਵੀ ਦੇਖ ਰਹੀ ਦੇਸ਼ ਵਿਦੇਸ਼ ਜਿਵੇਂ ਬੈਠੇ तमाम ਦਰਸ਼ਕਾਂ ਦਾ ਸਵਾਗਤ ਹੋ ਚਾ ਲੈਵਲ ਪੂਲ ਮੈਂ ਖੁਸ਼ੀ ਸਰਾਹਤੇ ਮੇਰੇ ਨਾਮ ਸ਼ੋਅ ਦੇ ਵਿੱਚ ਬਣੇ ਹੋਏ ਨੇ ਅਨੂ ਕੌੜਾ ਜੀ ਸੋ ਅਨੂ ਇੱਕ ਚੀਜ਼ ਬੜੀ ਹੁੰਦੀ ਹੈ ਕਿਸੇ ਅਧਿਕਾਰ ਚ ਕੋਈ ਲੜਾਈ ਹੋ ਜੈਣਾ ਤੇ ਲੋਕੀ ਖੜਖੜ ਵੰਦੇ ਨੇ ਤੇ ਸਹੀ ਗੱਲ ਹੈ ਲੋਕੀ ਕਈ ਤਾਂ ਇਹੋ ਜਿਹੇ ਹੁੰਦੇ ਨੇ ਜਿਹੜੇ ਆਪਣਾ ਤਮਾਸ਼ਾ ਨਾ ਆਪ ਹੀ ਦਿਖਾਉਂਦੇ ਨੇ ਵੈਸੇ ਇੱਕ ਕਹਾਵਤ ਹੈ ਕਹਿੰਦੇ ਵੀ ਆਪਣਾ ਝੱਗਾ ਚੱਕਿਆ ਨਾ ਤੇ ਅਵਰਦੀ ਟਿੱਡ ਨੰਗਾ ਹੁੰਦਾ ਤੇ ਲੋਕ ਹੁਣ ਸ਼ਰਮ ਨਹੀਂ ਮਹਿਸੂਸ ਕਰਦੇ ਆ ਪਹਿਲਾਂ ਤਾਂ ਕਹਿੰਦੇ ਨੇ ਲੋਕੀ ਵੀਡੀਓ ਬਣਾ ਬਣਾ ਕੇ ਅਪਲੋਡ ਕਰ ਦਿੰਦੇ ਸੀ ਦੋ ਜਣੇ ਕਿਸੇ ਦੀ ਲੜਾਈ ਹੋ ਗਈ ਤੇ ਦੂਜਿਆਂ ਨੇ ਕਹਿਣਾ ਵੀ ਤੂੰ ਛੁਡਾਇਆ ਕਿਉਂ ਨਹੀਂ ਵਿੱਚ ਜਾ ਕੇ ਤੈਨੂੰ ਸ਼ਰਮ ਨਹੀਂ ਤੇ ਵੀਡੀਓ ਬਣਾਉਂਦਾ ਰਿਹਾ ਕੋਲ ਖੜ ਕੇ ਤੇ ਹੁਣ ਉਹ ਚੀਜ਼ ਹੋ ਰਹੀ ਹੈ ਕਿ ਲੋਕੀ ਆਪਣੇ ਘਰ ਦੀ ਲੜਾਈ ਦੀ ਆਪੇ ਵੀਡੀਓ ਬਣਾ ਕੇ ਆਪੇ ਸ਼ੇਅਰ ਕਰੀ ਜਾ ਰਹੇ ਆ ਬਿਲਕੁਲ ਵੀਡੀਓ ਬਣਾ ਬਣਾ ਕੇ ਆਪ ਦਾ ਪਿੱਟ ਸੇ ਆਪਾਂ ਵੀ ਆਪੇ ਕਰਾਉਂਦੇ ਨੇ ਆਪਦੇ ਜਲੂਸ ਵੀ ਆਪੇ ਕੱਢਦੇ ਨੇ ਮਤਲਬ ਕਿਤੇ ਨਾ ਕਿਤੇ ਨਾ ਚਾਂਸਸ ਹੁੰਦੇ ਨੇ ਵੀ ਜਦੋਂ ਘਰ ਦੇ ਵਿੱਚ ਕਿਤੇ ਕਲੇਸ਼ ਹੁੰ ਹੁਣ ਥੋੜੀ ਮੇਰੀ ਮੰਨ ਲਓ ਆਪਸ ਚ ਲੜਾਈ ਹੋ ਗਈ ਤੇ ਅਸੀਂ ਆਪਣੇ ਅੰਦਰ ਹੀ ਮਤਲਬ ਅਸੀਂ ਗੱਲ ਨਹੀਂ ਕਰਨੀ ਬੰਦ ਕਰਤੇ ਇੱਕ ਦੂਸਰੇ ਦੇ ਨਾਲ ਅਸੀਂ ਸੋਚ ਰਹੇ ਵੀ ਨਾ ਤੇ ਨਾਲ ਗੱਲ ਨਹੀਂ ਕਰਨੀ ਹੈਗੀ ਸਾਡੀ ਲੜਾਈ ਹੋਈ ਆ ਤੇ ਹੌਲੀ ਹੌਲੀ ਇਦਾਂ ਹੁੰਦਾ ਵੀ ਟਾਈਮ ਜਿੱਦਾਂ ਜਿੱਦਾਂ ਬੀਤਦਾ ਜਾਂਦਾ ਹੈ ਤੇ ਆਪਸ ਵਿੱਚ ਆਪੇ ਇੱਕ ਦੂਸਰੇ ਬੰਦੇ ਨਾਲ ਗੱਲ ਕਰਨਾ ਸ਼ੁਰੂ ਕਰ ਦਿੰਦਾ ਚਾਹੇ ਕੁਝ ਫੜਾਉਣ ਦੇ ਮਾਰੇ ਚਾ ਕੰਮ ਕਰ ਕਿਉਂਕਿ ਜਦੋਂ ਰਹਿਣਾ ਇੱਕ ਘਰ ਦੇ ਵਿੱਚ ਹੀ ਆ ਤਾਂ ਉਹਦੇ ਨਾਲ ਉਹ ਮਸਲੇ ਸੋਲਵ ਵੀ ਹੁੰਦੇ ਨੇ ਟਾਈਮ ਪੈਂਦੇ ਨਾਲ ਕਿਤੇ ਨਾ ਕਿਤੇ ਪਰਿਵਾਰ ਦੇ ਜਿਹੜੇ ਵੱਡੇ ਬਜ਼ੁਰਗ ਹੁੰਦੇ ਨੇ ਉਹ ਸਮਝਾ ਦਿੰਦੇ ਨੇ ਵੀ ਭਾਈ ਸਾਡੇ ਨਾਲ ਵੀ ਇਦਾਂ ਹੀ ਹੁੰਦਾ ਸੀ ਅਸੀਂ ਕਿਵੇਂ ਕਟੀਆਂ ਨੇ ਤੁਹਾਨੂੰ ਆਪਣੇ ਜਿਹੜੇ ਐਕਸਪੀਰੀਐਂਸਿਸ ਹੁੰਦੇ ਨੇ ਹਨਾ ਉਹ ਦੱਸ ਦਿੰਦੇ ਨੇ ਹੱਡ ਬੀਤੀਆਂ ਵੀ ਸਾਡੇ ਨਾਲ ਤਾਂ ਇੰਨਾ ਕੁਝ ਹੋਇਆ ਤੁਹਾਡੇ ਨਾਲ ਤਾਂ ਕੁਝ ਨਹੀਂ ਹੋ ਰਿਹਾ ਵੀ ਤੁਸੀਂ ਨਾ ਕਰੋ ਮਸਲੇ ਸੁੱਲਝਦੇ ਵੀ ਨੇ ਪਰ ਜਦੋਂ ਤੁਸੀਂ ਆਪਣਾ ਜਿਹੜਾ ਪਿੱਟ ਸ ਕਦੇ ਵੀ ਤੁਹਾਡੇ ਘਰ ਦਾ ਮਸਲਾ ਹੱਲ ਹੀ ਨਹੀਂ ਹੁੰਦਾ ਉਹ ਤਾਂ ਫਿਰ ਜਦੋਂ ਤੁਸੀਂ ਆਪ ਹੀ ਤਮਾਸ਼ਾ ਬਣਾ ਰਹੇ ਹੋ ਫਿਰ ਲੋਕੀ ਤੱਕ ਆ ਕੇ ਸ਼ਰ ਤਮਾਸ਼ਾ ਤਮਾਸ਼ਾ ਜਿਹੜਾ ਉਸ ਚੀਜ਼ ਦਾ ਬਣੇਗਾ ਹੀ ਤੁਸੀਂ ਗੱਲ ਕੀਤੇ ਜਿਸ ਤਰ੍ਹਾਂ ਸਾਨੂੰ ਵੱਡੇ ਸਮਝਾਉਂਦੇ ਨੇ ਕਹਿੰਦੇ ਬਚਪਨ ਚ ਭੈਣ ਭਰਾਵਾਂ ਵਿਚ ਲੜਾਈ ਹੋ ਜੇ ਨਾ ਜਿੰਨੀ ਮਰਜ਼ੀ ਲੜਾਈ ਹੋ ਜੇ ਮਾਂਜੀ ਦਾ ਹਨਾ ਇੱਕ ਵਧੀਆ ਬੌਂਡਿੰਗ ਦੁਬਾਰਾ ਬਣ ਜਾਂਦੀ ਆ ਪਰ ਜਦ ਅਸੀਂ ਵੱਡੇ ਹੋ ਗਏ ਆ ਜੋ ਥੋੜੀ ਜਿਹੀ ਵੀ ਕਿੰਨੇ ਲੜਾਈ ਹੋ ਜੇ ਨਾ ਤਾਂ ਉਹ ਬੁਲਾਉਂਦੇ ਨਹੀਂ ਆ ਜਾਂ ਮਿਲਣਾ ਵਰਤਣਾ ਛੱਡ ਦੇਣਗੇ ਉਹ ਇੱਕ ਜਿਹੜਾ ਗੈਪ ਆ ਜਿਹੇ ਬਚਪਨਾ ਹੁੰਦਾ ਬਚਪਨ ਦੇ ਵਿੱਚ ਬੜੀਆਂ ਲੜਾਈਆਂ ਹੋ ਜਾਂਦੀਆਂ ਕੁੱ ਜਿਹੜੇ ਛੋਟੀ ਜਿਹੀ ਲੜਾਈ ਵੀ ਜਿਹੜੀ ਬੜਾ ਵੱਡਾ ਹਾਊਆ ਬਣ ਜਾਂਦੀ ਆ ਤੇ ਇਦਾਂ ਦੀ ਚੀਜ਼ਾਂ ਹੁਣ ਦੇਖਣ ਨੂੰ ਨਹੀਂ ਮਿਲ ਰਹੀਆਂ ਬਿਲਕੁਲ ਪਰ ਇਹ ਜਿਹੜੀ ਲੜਾਈ ਸੀਗੀ ਇਹ ਤੁਸੀਂ ਭੈਣ ਭਰਾਵਾਂ ਦੀ ਆਪਸ ਦੀ ਗੱਲ ਕੀਤੀ ਹੁਣ ਤੁਸੀਂ ਕੁੜੀਆਂ ਦਾ ਮੰਨ ਲਓ ਬਥੇਰੇ ਲੋਕ ਕੀ ਕਹਿੰਦੇ ਨੇ ਸੋਚ ਬਥੇਰਿਆਂ ਦੀ ਕਈਆਂ ਦੀ ਬੋਲਡ ਹੋ ਚੁੱਕੀਆਂ ਹੁਣ ਵੀ ਨਹੀਂ ਇਦਾਂ ਨਹੀਂ ਹੁੰਦਾ ਉਦੋਂ ਨਹੀਂ ਹੁੰਦਾ ਪਰ ਸਟਿਲ ਜਦੋਂ ਤੁਸੀਂ ਦੂਸਰੇ ਘਰ ਵਿਆਹ ਕੇ ਜਾਣਾ ਹੈ ਤਾਂ ਉੱਥੇ ਤੁਹਾਨੂੰ ਬੜੇ ਤਰੀਕੇ ਨਾਲ ਰਹਿਣਾ ਪੈਂਦਾ ਔਰ ਖਾਸ ਕਰਕੇ ਜਦੋਂ ਤੁਸੀਂ ਨਵੇਂ ਵਿਆਹੇ ਹੋਵੋ ਕਿਉਂਕਿ ਤੁਹਾਨੂੰ ਕੁਝ ਨਹੀਂ ਪਤਾ ਹੁੰਦਾ ਕੌਣ ਕਿਵੇਂ ਦਾ ਹੈ ਕਿਵੇਂ ਦਾ ਨਹੀਂ ਕਈਆਂ ਦਾ ਸੁਭਾ ਖੁੱਲਾ ਹ ਨੇ ਮੈਨੂੰ ਇਹ ਬੋਲ ਕਿਦਾਂ ਦਿੱਤਾ ਹੌਲੀ ਹੌਲੀ ਤੁਹਾਨੂੰ ਪਤਾ ਲੱਗਦਾ ਵੀ ਨਹੀਂ ਇਹਦੇ ਸੁਭਾਈ ਇਦਾਂ ਦਾ ਹੈ ਇਹ ਬੋਲ ਦਿੰਦਾ ਪਰ ਵੀ ਇਹਦੇ ਮਨ 'ਚ ਕੁਝ ਨਹੀਂ ਹੈਗਾ ਹੌਲੀ ਹੌਲੀ ਪਤਾ ਲੱਗਦੀ ਹੈ ਤੇ ਇਸੇ ਲਈ ਕਹਿੰਦੇ ਨੇ ਵੀ ਜਦੋਂ ਨਵਾਂ ਵਿਆਹਿਆ ਬੰਦਾ ਹੁੰਦਾ ਉਹਨੂੰ ਬੋਲਣਾ ਘੱਟ ਚਾਹੀਦਾ ਸੁਣਨਾ ਵੱਧ ਚਾਹੀਦਾ ਤੇ ਸਮਝਣਾ ਵੀ ਵੱਧ ਚਾਹੀਦਾ ਪਰ ਤੁਸੀਂ ਵੀਡੀਓ ਦੇਖੀ ਹੋਣੀ ਜਿਹਦੀ ਆਪਾਂ ਗੱਲ ਕਰੀ ਜਾਂਦੇ ਆ ਚੂੜੇ ਪਾਏ ਹੋਏ ਨੇ ਕੁੜੀਆਂ ਨੇ ਦੋਨੋਂ ਦਰਾਨੀਆਂ ਜਠਾਣੀਆਂ ਨੇ ਤੇ ਕਿਸ ਤਰੀਕੇ ਦੇ ਨਾਲ ਇੱਕ ਦੂਸਰੇ ਨਾਲ ਲੜ ਰਹੀਆਂ ਨੇ ਮਤਲਬ 3 ਮਹੀਨੇ ਹੋਏ ਨੇ ਸਿਰਫ ਉਹਨਾਂ ਦੇ ਵਿਆਹ ਨੂੰ ਤੇ ਇਸ ਤਰੀਕੇ ਦੇ ਨਾਲ ਕਲੇਸ਼ ਕਰਨਾ ਆਪਣੇ ਸਹੁਰੇ ਘਰ ਦੇ ਵਿੱਚ ਜਾ ਕੇ ਸੱਸ ਛੜ ਇਹ ਵੀਡੀਓ ਆਪਣੇ ਕਿ ਬਲਰ ਕਰਕੇ ਚਲੋ ਚਲਾਈ ਜਾ ਰਹੀ ਸੀ ਕਾਫੀ ਜ਼ਿਆਦਾ ਉਹਨੇ ਕਲੀਅਰ ਨਹੀਂ ਸੀ ਹੋ ਰਹੀ ਪਰ ਚੀਜ਼ਾਂ ਕਾਫੀ ਪਤਾ ਲੱਗ ਰਹੀਆਂ ਸੀ ਹੱਥੋ ਪਾਈ ਹੋ ਰਹੀਆਂ ਨੇ ਚਪਲਾਂ ਤੱਕ ਜਿਹੜੀਆਂ ਹੱਥਾਂ 'ਚ ਨਜ਼ਰ ਆ ਰਹੀਆਂ ਨੇ ਉਹ ਜਿਹਨੂੰ ਕੁੱਟਿਆ ਜਾ ਰਿਹਾ ਬੜੇ ਬੁਰੀ ਤਰੀਕੇ ਦੇ ਨਾਲ ਇੱਕ ਜੇ ਅੰਦਰ ਆ ਰਹੀ ਐ ਤੇ ਦੂਜੀ ਅਗੋਂ ਹੱਥ ਚੋਕਰੀ ਆ ਕੱਟ ਕੋਈ ਵੀ ਨਹੀਂ ਸੋ ਅਸੀਂ ਲੜਾਈ ਦੇ ਵਿੱਚ ਉਹ ਚੀਜ਼ ਜਿਹੜੀ ਸਾਹਮਣੇ ਆ ਰਹੀ ਆ ਪਰ ਦਰਾਨੇ ਚ ਥਾਣੀ ਦੀ ਗੱਲ ਕਰੀਏ ਇਹ ਵੀ ਪਤਾ ਹੈ ਚੀਜ਼ ਕਿ ساری ਉਮਰ ਇਕੱਠੇ ਕੱਢਣੀ ਆ ਇੱਕ ਹੀ ਘਰ ਵਿੱਚ ਕੱਢਣੀ ਆ ਕਈ ਜਗ੍ਹਾ ਤੇ ਤਾਂ ਬੜੀਆਂ ਭੈਣਾਵਾਂ ਗ੍ਰਿਸ਼ਤੇ ਬਣ ਜਾਂਦੇ ਨੇ ਕਿ ਹਾਂ ਇੱਕ ਦੂਸ ਸਿਰਫ 3 ਮਹੀਨਿਆਂ ਦੇ ਬਾਅਦ ਐਦਾਂ ਦੀ ਲੜਾਈ ਤੇ ਉਹ ਲੜਾਈ ਜਿਹੜੀ ਆ ਇੰਨੀ ਜ਼ਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾ ਤਾਂ ਆਪਣਾ ਤਾਂ ਬੜਾ ਸ਼ਰਮ ਵਾਲੀ ਗੱਲ ਬੜਾ ਸ਼ਰਮ ਵਾਲੀ ਗੱਲ ਪਹਿਲੀ ਗੱਲ ਤਾਂ ਉਸ ਵਾਸਤੇ ਜਿਹਨੇ ਆਪਣੀ ਘਰ ਦੀ ਲੜਾਈ ਇਸ ਤਰੀਕੇ ਦੇ ਨਾਲ ਬਾਹਰ ਮਤਲਬ ਸਿੱਟੀ ਹੈ ਲੋਕਾਂ ਦੀ ਸਿੱਟੀ ਹੋ ਕਹਾਂਗੇ ਲੋਕਾਂ ਦੇ ਕਚਹਿਰੀ ਦੇ ਵਿੱਚ ਸਿੱਟੀ ਹੈ ਆਪ ਲੋਕੀ ਜੱਜ ਕਰ ਰਹੇ ਨਹੀਂ ਵੀ ਅੱਛਾ ਇਹ ਐਦਾਂ ਦਾ ਆਏ ਉਹਦਾਂ ਦਾ ਸਾਰੇ ਉਮਰ ਇਹ ਦਾਗ ਜਿਹੜਾ ਨਹੀਂ ਮਿਟਣਾ ਲੋਕਾਂ ਨੇ ਯਾਦ ਕਰਵਾਉਣਾ ਲੋਕਾਂ ਨੇ ਇਹ ਜਿਹੜਾ ਤੁਹਾਡੇ ਜ਼ਖਮ ਹੈ ਕੁਰੇਦੀ ਜਾਣਾ ਤੁਸੀਂ ਇਹ ਦੇਖੋ ਵੀ ਮਸਲੇ ਬਹੁਤ ਵੱਡੇ ਵੱਡੇ ਹੁੰਦੇ ਨੇ ਬਹੁਤ ਤਰੀਕੇ ਦੀਆਂ ਚੀਜ਼ਾਂ ਹੁੰਦੀਆਂ ਨੇ ਪਰ ਹਈ ਸੀਗੀ ਵੀ ਪੈਸਾ ਕੋਈ ਵੱਧ ਰੱਖ ਲੈਂਦਾ ਕੋਈ ਪੈਸਾ ਘੱਟ ਰੱਖ ਲੈਂਦਾ ਨੋਰਮਲ ਬਹੁਤ ਘਰਾਂ ਚ ਜਿਹਾ ਹੋ ਜਾਂਦੀਆਂ ਨੇ ਪੈਸੇ ਨੂੰ ਲੈ ਕੇ ਪਰ ਉਹ ਜਿਸ ਨੇ ਨਾ ਸਮਝਦਾਰ ਲੋਕ ਘਰ ਦੇ ਮਸਲ ਨੂੰ ਘਰੇ ਸੁਲਝਾ ਦਿੰਦੇ ਆ ਹੁਣ ਜਦਾਂ ਕਿ ਕਿ ਵੀਡੀਓ ਬਣਾਉਂਦੇ ਪਾਤ ਨਹੀਂ ਦਿਮਾਗ ਚ ਕਿਉਂ ਆ ਕਿ ਮੈਂ ਵੀਡੀਓ ਬਣਾਵਾ ਉਸ ਚੀਜੇ ਬਣਾਈ ਨਹੀਂ ਆ ਕਿ ਤੂੰ ਆਪਣਾ ਪ੍ਰੂਫ ਰੱਖਣ ਲਈ ਚਾਹੀ ਆਪਣੇ ਫੈਮਲੀ ਮੈਂਬਰਸ ਨੂੰ ਦਿਖਾਣ ਲਈ ਉਸ ਵੀਡੀਓ ਨੂੰ ਸ਼ੇਅਰ ਕਰਨ ਦਾ ਤੇ ਮਤਲਬ ਹੀ ਨਹੀਂ ਹੈ ਉਹ ਚੀਜ਼ਾਂ ਨੂੰ ਨਹੀਂ ਕਰਨਾ ਚਾਹੀਦਾ ਆਪਣੇ ਘਰ ਦੀਆਂ ਚੀਜ਼ਾਂ ਨੂੰ ਜਿੱਥੇ ਕਹਿੰਦੇ ਨਾ ਟੱਕ ਕੇ ਰੱਖੋ ਜਿੰਨੀਆਂ ਚੀਜ਼ਾਂ ਉਹ ਨਹੀਂ ਵਧੀਆ ਰਹਿੰਦੇ ਬਿਲਕੁਲ ਕਹਿੰਦੇ ਕੁੜੀਆਂ ਦੀ ਦੋਨਾਂ ਦੀ ਸੋਚ ਹੈ ਸੀਗੀ ਵੀ ਇਕੱਠੇ ਨਹੀਂ ਹੁਣ ਅਸੀਂ ਰਹਿ ਸਕਦੇ ਦਰਾਣੀ ਜਠਾਣੀ ਇਕੱਠੇ ਨਹੀਂ ਰਹਿ ਸਕਦੇ ਤਾਂ ਅਲੱਗ ਹੋ ਜਾਣਾ ਵੀ ਅਸੀਂ ਤੰਗ ਇਹਨਾਂ ਕਰ ਦਾਂਗੇ ਵੀ ਆਪੇ ਚਲੇ ਜਾਣਗੇ ਕਿਤੇ ਨਾ ਕਿਤੇ ਕੁੜੀਆਂ ਦੀ ਸੋਚ ਵੀ ਪਹਿਲਾਂ ਹੀ ਹੁ ਜੋਇੰਟ ਫੈਮਿਲੀ ਦੇ ਵਿੱਚ ਰਹਿਣ ਵਾਲੀ ਅੱਜ ਕੱਲ ਕੁੜੀਆਂ ਦੀ ਵੀ ਸੋਚ ਨਹੀਂ ਰਹੀ ਗਈ ਉਹ ਇਹ ਸੋਚਦੇ ਨੇ ਵੀ ਅਸੀਂ ਕੱਲੇ ਰਾਵਾਂਗੇ ਪਰ ਜਦੋਂ ਵਿਮਨ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਘੁਲਾਟੇ ਕੋਲ ਗੱਲ ਪਹੁੰਚੀ ਹੈ ਤਾਂ ਉਹਨਾਂ ਨੇ ਵੀ ਬਥੇਰੀਆਂ ਚੀਜ਼ਾਂ ਕਹੀਆਂ ਨੇ ਲੁਧਿਆਣੇ ਦੀ ਪੁਲਿਸ ਨੂੰ ਕਹਿੰਤਾ ਭਾਈ ਲੈ ਕੇ ਆਓ ਇਹਨਾਂ ਨੂੰ ਮੇਰੇ ਕੋਲ ਘੜੀਸ ਕੇ ਲੈ ਕੇ ਆਓ ਤੇ ਅਸੀਂ ਮੈਂ ਇਹਨਾਂ ਦਾ ਮਸਲਾ ਹੱਲ ਕਰਦੀਆਂ ਮੈਂ ਇਹਨਾਂ ਨੂੰ ਸਿੱਧਾ ਕਰਦੀਆਂ ਮਤਲਬ ਉਹਨਾਂ ਨੇ ਸਿੱਧੇ ਸ਼ਬਦਾਂ ਦੇ ਵਿੱਚ ਗੱਲ ਕੀਤੀ ਹੈ ਠੀਕ ਹੈ ਗੁੱਸਾ ਦਿਖਾਇਆ ਉਹਨਾਂ ਨੇ ਪਰ ਮਸਲਾ ਹੱਲ ਕਦੋਂ ਹੁੰਦਾ ਸੀ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਸਿਰਫ ਸੋਸ਼ਲ ਬੱਚਿਆਂ ਦੇ ਲਈ ਨਾ ਇੱਕ ਬੜੀ ਗੁੱਡ ਨਿਊਜ਼ ਸੀ ਹੁਣ ਕਿ ਸਕੂਲ ਖੁੱਲ ਕੇ ਉਹ ਸਕੂਲ ਬਿਲਕੁਲ ਉਹ ਸਕੂਲ ਜਿੱਥੇ ਬੱਚੇ ਕਦੀ ਜਾਣਾ ਨਹੀਂ ਸੀ ਚਾਹੁੰਦੇ ਹੁੰਦੇ ਬਿਲਕੁਲ ਪਸੰਦ ਨਹੀਂ ਸੀ ਸਾਨੂੰ ਵੀ ਇਹ ਨਹੀਂ ਸੀ ਪਸੰਦ ਹੁੰਦਾ ਕਿ ਬਚਪਨ ਦੇ ਵਿੱਚ ਕਿ ਨਹੀਂ ਅਸੀਂ ਜਾਈਏ ਸਕੂਲ ਛੁੱਟੀ ਦਾ ਬੜਾ ਇੰਤਜ਼ਾਰ ਰਹਿੰਦਾ ਹੁੰਦਾ ਸੀ ਸਰਕਾਰ ਨੇ ਇਹ ਨਹੀਂ ਕੋਈ ਛੁੱਟੀਆਂ ਦੇਤੀਆਂ ਬੱਚਿਆਂ ਨੂੰ ਕਿ ਬੱਚੇ ਕਲਪਗੇ ਕਿ ਸਾਨੂੰ ਹੋਰ ਛੁੱਟੀ ਨਹੀਂ ਚਾਹੀ ਤੁਸੀਂ ਸਕੂਲ ਖੋਲਦੇ ਸੀ ਸਕੂਲ ਜਾਣਾ ਆ ਸੋ ਤਾਂ ਕਰਕੇ ਕਿਹਾ ਗੁੱਡ ਨਿਊਜ਼ ਸੀ ਉਹ ਸਟੂਡੈਂਟਸ ਦੇ ਲਈ ਬੱਚਿਆਂ ਦੇ ਲਈ ਕਿ ਹਾਂ ਸਕੂਲ ਓਪਨ ਹੋ ਰਿਹਾ ਪਰ ਬੱਚਿਆਂ ਦੇ ਨਾਲ ਦੇ ਨਾਲ ਐਮਪੀ ਦੇ ਗਵਾਲੀਅਰ ਦੇ ਵਿੱਚ ਉਹ ਗੁੱਡ ਨਿਊਜ਼ ਬਣ ਗਈ ਸਕੂਲ ਖੋਲਦਿਆਂ ਹੀ ਕਹਿੰਦੇ ਜਿਵੇਂ ਬੱਚੇ ਐਂਟਰ ਹੋਏ ਨਾ ਦੇ ਨਾਲ ਬਾਂਦਰਾਂ ਦੀ ਇੱਕ ਟੋਲੀ ਐਂਟਰ ਹੋ ਗਈ ਨਾਲ ਹੈ ਇਸ ਤਰੀਕੇ ਦੇ ਨਾਲ ਐਂਟਰ ਹੋਈ ਕਿ ਵਿਚਾਰੇ ਬੱਚੇ ਵੀ ਡਰਦੇ ਫਿਰਨ ਸਟਾਫ ਵੀ ਡਰਦਾ ਫਿਰੇ ਉਹਦਾ ਪ੍ਰਿੰਸੀਪਲ ਵੀ ਡਰਦਾ ਫਿਰੇ ਪ੍ਰਿੰਸੀਪਲ ਨੇ ਤੇ ਕਹਿੰਦਾ ਆਪਣੀ ਕੁਰਸੀ ਛੱਡਤੀ ਬਾਂਦਰ ਦੇਖ ਕੇ ਚਲੋ ਜੀ ਬਾਂਦਰ ਨੂੰ ਕੁਰਸੀ ਮਿਲ ਗਈ ਬਾਂਦਰ ਨੇ ਮਾਰਿਆ ਜੰਪ ਬੈ ਗਿਆ ਕੁਰਸੀ ਤੇ ਪ੍ਰਿੰਸੀਪਲ ਵਿਚਾਰਾ ਸਾਹਮਣੇ ਵੇਖੇ ਕਿ ਹੁਣ ਮੈਂ ਕੀ ਕਰਾਂ ਬਾਂਦਰ ਹੁੰਦੇ ਵੀ ਉਹ ਮੈਂ ਕਿਉਂ ਉਸੇ ਤਰੀਕੇ ਦੇ ਨਾਲ ਆ ਕਿ ਜੇ ਉਹਨਾਂ ਨੂੰ ਬਾਂਦਰ ਦੇਖਦੇ ਨਹੀਂ ਥੱਪੜ ਮੂੰਹ ਤੇ ਮਾਰਦੇ ਬਾਂਦਰ ਦੇ ਕੋਸ਼ਿਸ਼ ਕਰਨ ਅੱਗੋਂ ਪੂਰਾ ਉਹਦੇ ਤੇ ਜਲੂਸ ਕੱਢਦੇ ਅਗਲੇ ਚਲੋ ਜੀ ਉਹਨੂੰ ਸਮਝ ਹੋਏਗੀ ਪ੍ਰਿੰਸੀਪਲ ਵਿਚਾਰਾ ਸਾਈਡ ਤੇ ਖੜ ਗਿਆ ਕਿ ਚਲੋ ਮੇਰੀ ਕੁਰਸੀ ਤੇ ਇਹਨੇ ਕਬਜ਼ਾ ਕਰ ਲਿਆ ਉਹ ਉਸੇ ਕਹਿੰਦੇ ਛੋਟੇ ਬਾਂਦਰ ਜਿਨ੍ਹਾਂ ਨੇ ਕਬਜ਼ਾ ਕੀਤਾ ਜਿਹੜੇ ਵੱਡੇ ਬਾਂਦਰ ਸੀ ਉਹਨਾਂ ਨੇ ਤੇ ਸਟਾਫ ਦੇ ਕਹਿੰਦੇ ਸਿਰਾਂ ਦੇ ਉੱਪਰ ਬੈਠ ਬੈਠ ਕੇ ਡਾਂਸ ਕੀਤਾ ਇੰਨਾ ਕਿ ਤੰਗ ਕੀਤਾ ਕਹਿੰਦੇ ਬੱਚਿਆਂ ਨੇ ਕੋਸ਼ਿਸ਼ ਕੀਤੀ ਬਾਹਰ ਕੱਢਿਆ ਜਾਵੇ ਉਹ ਕਿੱਥੇ ਬਾਹਰ ਨਿਕਲਣ ਥੋੜਾ ਬਹੁਤਾ ਤੰਗ ਕੀਤਾ ਹੋਏਗਾ ਉਸ ਤੋਂ ਬਾਅਦ ਕਿੰਦੇ ਉਥੇ ਦੋ ਬੰਦੇ ਸੀ ਵਿਚਾਰੇ ਬਾਂਦਰਾਂ ਨੂੰ ਉਹਨਾਂ ਨੂੰ ਕੱਟਤਾ ਅੱਛਾ ਉਸ ਤੋਂ ਬਾਅਦ ਬੜੀ ਕਹਿੰਦੇ ਉਹਨਾਂ ਨੇ ਮੁਸ਼ਕਲ ਕੀਤੀ ਕੋਸ਼ਿਸ਼ ਕੀਤੀ ਤਾਂ ਜਾ ਕੇ ਉਹ ਬਾਂਦਰਾਂ ਨੂੰ ਸਕੂਲ ਦੇ ਵਿੱਚੋਂ ਬਾਹਰ ਕੱਟਿਆ ਹਾਲ ਵੇਖੋ ਤੁਸੀਂ ਮਤਲਬ ਅੱਜ ਕੱਲ੍ਹ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਸਕੂਲ ਬੰਦ ਕੀਤੇ ਹੋਏ ਸੀ ਨਾ ਉਹਨਾਂ ਦੇ ਵਿੱਚੋਂ ਤੁਹਾਨੂੰ ਕੀੜੇ ਮਕੌੜੇ ਤੁਹਾਨੂੰ ਮੱਛਰ ਵੀ ਮਿਲਣਗੇ ਉਹਦੇ ਵਿੱਚੋਂ ਤੁਹਾਨੂੰ ਬਹੁਤ ਇਹੋ ਜਿਹੇ ਜਾਨਵਰ ਮਿਲਣਗੇ ਜਿਹੜੇ ਤੁਸੀਂ ਪਹਿਲਾਂ ਨਹੀਂ ਦੇਖੇ ਹੋਣਗੇ ਕਿਉਂਕ ਵੀ ਜੰਗਲੀ ਹੋਏ ਨੇ ਸਾਡਾ ਆਪਦਾ ਸਕੂਲ ਜਿਹੜਾ ਸੀਗਾ ਪਹਿਲਾਂ ਇਹਨਾਂ ਖੁੱਲਾ ਸੀਗਾ ਜੰਗਲ ਹੀ ਬਣਾਤਾ ਉਹਦੇ ਤੇ ਸਾਰੇ ਪਾਸੇ ਜਾੜੇ ਲਾਲਾ ਕੇ ਬੰਦ ਕਰ ਕਰਕੇ ਵੀ ਕਈਆਂ ਨੇ ਤੇ ਬਣਾਏ ਸੱਚੇ ਜੰਗਲ ਹੁੰਦੇ ਨੇ ਪਰ ਜਦੋਂ ਬਾਂਦਰਾਂ ਨੂੰ ਜਗ੍ਹਾ ਮਿਲ ਗਈ ਤਾਂ ਭਾਈ ਅਗਲੇ ਨੇ ਤੇ ਜਾਣਾ ਹੀ ਆ ਜਦੋਂ ਉਹਨਾਂ ਨੂੰ ਵੀ ਦੇਖੀ ਹੋਗੀ ਰੌਣਕ ਕਿਤੇ ਸਕੂਲ ਦੇ ਵਿੱਚ ਆਈ ਹੈ ਪਹਿਲਾਂ ਕਿਤੇ ਆਈ ਨਹੀਂ ਸੀਗੀ ਹੁਣ ਅਸੀਂ ਇਹਨਾਂ ਨਾਲ ਥੋੜੀ ਬੋਦੀ ਮਸਤੀ ਕਰ ਲਈਏ ਪਰ ਇਹ ਨਹੀਂ ਸਮਝ ਆਇਆ ਵੀ ਸਕੂਲ ਦੇ ਵਿੱਚ ਬਾਂਦਰ ਬੜ ਕਿਵੇਂ ਗਏ ਬਿਲਕੁਲ ਉਹੀ ਚੀਜ਼ ਆ ਕਿ ਉੱਥੇ ਕੁਝ ਨਾ ਕੁਝ ਇਦਾਂ ਦਾ ਹੋਏਗਾ ਬਾਹਰ ਜਾਂਦੇ ਕਿਤੇ ਘੁੰਮਦੇ ਹੋਣਗੇ ਪਰ ਉਹੀ ਚੀਜ਼ ਆ ਕਿ ਜਿਸ ਤਰੀਕੇ ਦੇ ਨਾਲ ਹੁਣ ਪੰਥ ਬੰਦਿਆਂ ਨੂੰ ਤਾਂ ਪੜਾ ਨਹੀਂ ਦਿੰਦੇ ਅਸੀਂ ਪੜ੍ਹ ਲੈਣੇ ਅਸੀਂ ਪੜ੍ਹ ਲੈਣੀਆਂ ਉਹ ਕਹਿੰਦਾ ਨੇ ਬਈ ਤੈਨੂੰ ਤਾਂ ਡਿਸੀਜਨ ਸਹੀ ਲੈਣੇ ਨੇ ਹੁੰਦੇ ਮੈਂ ਇੱਥੇ ਕੁਰਸੀ ਤੇ ਬੈਠ ਕੇ ਸਹੀ ਡਿਸੀਜਨ ਲੈਣ ਆਇਆ ਪਰ ਬੜਾ ਕਹਿੰਦੇ ਤੰਗ ਕੀਤਾ ਉਹਨਾਂ ਨੇ ਕਾਫੀ ਪਰੇਸ਼ਾਨ ਕੀਤਾ ਉੱਥੇ ਜਿਹੜੇ ਲੋਕ ਸੀ ਉਹ ਵੀ ਕਾਫੀ ਤਦਾ ਪਰੇਸ਼ਾਨ ਹੋਏ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਉੱਥੋਂ ਕੱਢਿਆ ਪਰ ਇਹ ਕਿਤੇ ਨਾ ਕਿਤੇ ਸਕੂਲ ਦੇ ਸਟਾਫ ਮੈਂਬਰਸ ਨੂੰ ਪਹਿਲਾਂ ਚੀਜ਼ਾਂ ਚਾਹੀਦੀਆਂ ਸੀ ਜਦੋਂ ਸਕੂਲ ਆਗ ਰਿਹਾ ਤੁਸੀਂ ਪਹਿਲਾਂ ਸਾਫ ਸਫਾਈ ਪੂਰੀ ਕਰਵਾਓ ਤੁਸੀਂ ਪਹਿਲਾਂ ਚੀਜ਼ਾਂ ਤੇ ਧਿਆਨ ਰੱਖੋ ਜਦੋਂ ਬੱਚੇ ਐਂਟਰ ਹੋ ਰਿਹਾ ਜੇ ਉੱਥੇ ਕੋਈ ਖੜ मनोरंजन ਆਪਾਂ ਇਹਨਾਂ ਚੀਜ਼ਾਂ ਨੂੰ ਲਿਆ ਲੈਣੇ ਹਾਸਲ ਤੇ ਜੀ ਦੇ ਵੱਡੇ ਆ ਉਹਦਾ ਉਹਦੇ ਲਈ ਜ਼ਿਆਦਾ ਮਨੋਰੰਜਨ ਹੋਇਆ ਉਹਨੂੰ ਯਾਦ ਨਹੀਂ ਭੁੱਲਣਗੇ ਕਿ ਹਾਂ ਇਹਨੇ ਟਾਈਮ ਬਾਅਦ ਸਕੂਲ ਖੁੱਲੇ ਸੀ ਤੇ ਪਹਿਲੇ ਦਿਨ ਸਕੂਲ ਵਾਲੇ ਦਿਨ ਕੀ ਹੋਇਆ ਸੀ ਅਨੇਕ ਚੀਜ਼ ਦੱਸੋ ਕਿ ਤੁਹਾਨੂੰ ਕਦੀ ਰਾਤ ਡਰ ਲੱਗਾ ਹੋਵੇ ਇਹ ਸੋਚ ਕੇ ਕਿ ਹਾਂ ਕੋਈ ਭੂਤ ਦੇਖਿਆ ਕੋਈ ਪ੍ਰੇਤ ਵੇਖੀ ਕੁਛ ਇਦਾਂ ਦੀ ਚੀਜ਼ ਮੈਂ ਤਾਂ ਪਹਿਲਾਂ ਵੀ ਦੱਸਿਆ ਸੀ ਰਾਤ ਨੂੰ ਮੈਨੂੰ ਬਥੇਰੇ ਡਰ ਲੱਗਦਾ ਮੈਨੂੰ ਤਾਂ ਇਦਾਂ ਦੀਆਂ ਚੀਜ਼ਾਂ ਦਿਖਦੀਆਂ ਹੀ ਰਹਿੰਦੀਆਂ ਮਾੜੀ ਮੋਟੀ ਪਰਛਾਈ ਵੀ ਆ ਜਾ ਮੈਨੂੰ ਲੱਗਦਾ ਹਾਂ ਇਹ ਭੂਤ ਆ ਗਿਆ ਮੈਨੂੰ ਬੜਾ ਡਰ ਲੱਗਦਾ ਰਾਤ ਨੂੰ ਕਿ ਕਈ ਲੋਕਾਂ ਨੂੰ ਨਾ ਬਹੁਤ ਏ ਚੀਜ਼ ਹੁੰਦੀ ਆ ਰਾਤ ਨੂੰ ਨਾ ਤੁਰੇ ਜਾਣ ਅਲਾਗ ਕੁਝ ਦਿਖ ਗਿਆ ਦੂਰੋਂ ਚੀਕਣਾ ਸਟਾਰਟ ਕਰ ਦੇਣਗੇ ਕਿ ਉਹ ਕੁਝ ਵੀਡੀਓਜ਼ ਦੇਖਾਂਗੇ ਕੋਈ ਵਾਈਟ ਕੱਪੜਾ ਲੈ ਕੇ ਖਾਈ ਗਿਆ ਅੱਛਾ ਇਦਾਂ ਨਹੀਂ ਡਰਦੇ ਇਦਾਂ ਨਹੀਂ ਡਰਦੇ ਵੀ白 ਕਪੜਾ ਲੈ ਕੇ ਖੜ ਗਿਆ ਨਹੀਂ ਭੂਤ ਆ ਲੋਕੀ ਜਾਣਗੇ ਨਹੀਂ ਅੱਗੇ ਤੱਕ ਦਿਨੇ ਜਿੰਨਾ ਮਰਜੀ ਜੋਸ਼ ਦਿਖਾਣ ਦਿਨੇ ਬੱਬਰ ਸ਼ੇਰ ਬਣੇ ਫੇਰਨਗੇ ਤੇ ਰਾਤ ਨੂੰ ਇਕੱਲੇ ਕਈ ਵਾਰੀ ਰੂਮ ਤੋਂ ਬਾਹਰ ਤੱਕ ਨਿਕਲਿਆਂ ਦੇ ਕੋਲ ਜਾਇਆ ਜਾਂਦਾ ਕੋਈ ਤਾਂ ਨਾ ਮਜ਼ਾਕ ਮਨੋੜਾਣਾ ਚਾਹੀਦਾ ਹਰ ਇੱਕ ਨੂੰ ਕਿਸੇ ਨਾ ਕਿਸੇ ਚੀਜ਼ ਤੋਂ ਡਰ ਲੱਗਦਾ ਹੁੰਦਾ ਕਿ ਤੁਹਾਨੂੰ ਹਾਈਟ ਤੋਂ ਲੱਗਦਾ ਕਿਸੇ ਨੂੰ ਹਨੇਰੇ ਤੋਂ ਲੱਗਦਾ ਤੇ ਡਰ ਸਾਰਿਆਂ ਦਾ ਹੀ ਹੁੰਦਾ ਕੋਈ ਨਾ ਕੋਈ ਤੁਹਾਨੂੰ ਲੱਗਦਾ ਵਸੇ ਭੂਤ ਪ੍ਰੇਤ ਹੁੰਦੇ ਆ ਮੈਨੂੰ ਨਹੀਂ ਲੱਗਦਾ ਪਰ ਹੁਣ ਜਦੋਂ ਦਿਮਾਗ 'ਚ ਬਹਿ ਜਾਏ ਤਾਂ ਬੰਦਾ ਕੀ ਕਰੇ ਡਰ ਲੱਗਦਾ ਹੈ ਇਹੋ ਨਿਕਲਦਾ ਕਿ ਹਾਂ ਡਰ ਲੱਗਦਾ ਸੋ ਕਈ ਵਾਰ ਤੇ ਇਹ ਚ ਚੱਕੀ ਜਾਂਦੇ ਕਿ ਹਾਂ ਵੀ ਸੱਚੀ ਕਿਸੇ ਵਿੱਚ ਪੂਤ ਆ ਗਿਆ ਕੋਈ ਪ੍ਰੇਤ ਆ ਗਿਆ ਹਾਂ ਵੀ ਉਹਨੇ ਆ ਕੇ ਕੋਈ ਖੁਲਾਸਾ ਕਰਤਾ ਕੁਝ ਸੱਚ ਦੱਸਤਾ ਪਰ ਕਿੰਝ ਸਚਾਈ ਹੁੰਦੀ ਆ ਜਾਂ ਫਿਰ ਨਹੀਂ ਹੁੰਦੀ ਉਹ ਚੀਜ਼ ਤਾਂ ਪੀ ਆਪਾਂ ਨਹੀਂ ਮੰਨਦੇ ਠੀਕ ਹੈ ਨਾ ਕਿਉਂਕਿ ਜਿਹੜੀ ਸਾਇੰਸ ਆ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ ਪਰ ਉੱਥੇ ਨੇ ਇੱਕ ਮਸਲਾ ਹੋਇਆ ਰੀਸੈਂਟਲੀ ਬਟਾਲਾ ਦੇ ਇੱਕ ਐਧਾਂ ਦਾ ਮਸਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਲੇਡੀਸ ਦੀ ਸੈਕਿੰਡ ਸੈਕਿੰਡ ਮੈਰਿਜ ਹੋਈ ਜਿਹਦੇ ਨਾਲ ਹੋਈ ਉਹਦੀ ਵੀ ਸੈਕਿੰਡ ਮੈਰਿਜ ਸੀ ਹੁਣ ਤੁਸੀਂ ਹਾਸੇ ਤੋਂ ਪਤਾ ਕੁਝ ਨਾ ਕੁਝ ਐਧਾਂ ਦਾ ਜ਼ਰੂਰ ਨਿਕਲੇਗਾ ਚਲੋ ਜੀ 3 ਸਾਲ ਹੋਏ ਮੈਰਿਜ ਨੂੰ 3 ਸਾਲ ਤੱਕ ਕਹਿੰਦੀ ਬਹੁਤ ਵਧੀਆ ਚੱਲ ਰਿਹਾ ਸੀ ਸਭ ਕੁਝ ਸਹੀ ਸੀ ਪਰ ਕਹਿੰਦੀ ਪਿਛਲੇ 6 ਮਹੀਨੇ ਤੋਂ ਕੁਝ ਵੀ ਸਹੀ ਨਹੀਂ ਚੱਲ ਰਿਹਾ ਹੁਣ ਕੁਝ ਵੀ ਸਹੀ ਨਹੀਂ ਚੱਲ ਰਿਹਾ ਉਹਦਾ ਰੀਜ਼ਨ ਕੀ ਆ ਖਰਾਬ ਕਰ ਦਿੱਤੇ ਗਏ ਨੇ ਸਾੜ ਦਿੱਤੇ ਗਏ ਨੇ ਤਬਾਹ ਕਰ ਦਿੱਤੇ ਗਏ ਨੇ ਕੋਚ ਪ੍ਰੂਫ ਨਹੀਂ ਰਹਿਣ ਦਿੱਤਾ ਗਿਆ ਜਦੋਂ ਉਹਨੇ ਪੁੱਛਿਆ ਕਿ ਕੀ ਹੁੰਦਾ ਤੇ ਕਹਿੰਦੀ ਕਿ ਮੇਰਾ ਹਸਬੰਡ ਮੈਨੂੰ ਕੁੱਟਦਾ ਆ ਬਹੁਤ ਬੁਰੇ ਤਰੀਕੇ ਦੇ ਨਾਲ ਤੇ ਜਦੋਂ ਪੁੱਛਦੇ ਆ ਕਿ ਤੂੰ ਮੈਨੂੰ ਕੁੱਟਦਾ ਕਿਉਂ ਆ ਕਹਿੰਦਾ ਮੇਰੇ ਵਿੱਚ ਮੇਲੇ ਪਹਿਲੀ ਘਰ ਵਾਲੇ ਦੀ ਆਤਮਾ ਆ ਜਾਂਦੀ ਆ ਹਾਂ ਕਿੰਨਾ ਮੈਂ ਫੇਰ ਕੁੱਟਦਾ ਤੈਨੂੰ ਆਤਮਾ ਆ ਆਤਮਾ ਆ ਜਾਂਦੀ ਆ ਤੇ ਕਹਿੰਦੀ ਜਦੋਂ ਮੈਂ ਵੀਡੀਓ ਸ਼ੂਟ ਕਰਨ ਲੱਗਦੀ ਆ ਆਤਮਾ ਚਲੀ ਜਾਂਦੀ ਆ ਕਹਿੰਦੀ ਜੇ ਮੇਰਾ ਬੇਟਾ ਸਾਹਮਣੇ ਆ ਜਾਏ ਆਤਮਾ ਫੇਰ ਵੀ ਚਲ ਜਾਂਦੀ ਆ ਹੁਣ ਇਹ ਕਿਹੜੀ ਆਤਮਾ ਆ ਜਿਹੜੀ ਇਕੱਲੇ ਵਿੱਚ ਆਂਦੀ ਆ ਜਦੋਂ ਉਹਨੂੰ ਕੁੱਟਦਾ ਆ ਇਹ ਆਤਮਾ ਆਉਂਦੀ ਬਦਲੇ ਵਾਲੀ ਇਹ ਬਦਲੇ ਵਾਲੀ ਆਤਮਾ ਜਦੋਂ ਆਉਂਦੀ ਆ ਨਾ ਫਿਰ ਉਦੋਂ ਪਤਾ ਨਹੀਂ ਲੱਗਦਾ ਵੀ ਕਿਹਦੀ ਆਈ ਤੇ ਕਿਹਦੀ ਗਈ ਵੀ ਮੂੰਹ ਦੇ ਵਿੱਚੋਂ ਕੀ ਕੱਢਣਾ ਕਿ ਨਹੀਂ ਕੱਢਣਾ ਜੋ ਮੂੰਹ ਚੋਂ ਆ ਗਿਆ ਉਹ ਬੋਲਦਾ ਵੀ ਭਾਈ ਪੁਰਾਣੀ ਘਰ ਵਾਲੀ ਦੀ ਆਤਮਾ ਆਂਦੀ ਆ ਪਰ ਅਸਲ ਦੇ ਵਿੱਚ ਜਿੱਥੇ ਤੱਕ ਮਸਲਾ ਮੈਨ ਕੋਈ ਤਾਂ ਹਵਾਲਾ ਦੇ ਦਿੱਤਾ ਮੈਂ ਕਿ ਪਹਿਲੇ ਤੈਨੂੰ ਮਾਰ ਕਿਉਂ ਰਿਹਾ ਵਾਂ ਅਗਲੀ ਪੁੱਛੂਗੀ ਤੂੰ ਮੈਨੂੰ ਕੁੱਟੀ ਜਾਂਦਾ ਰੋਜ਼ ਅੰਨੇ ਵਾ ਤਾਂ ਮੈਨੂੰ ਕੁੱਟਦਾ ਕਿਉਂ ਵਾਂ ਨਾ ਤੇ ਬੰਦਾ ਦੱਸਣ ਜੋਗਾ ਕਿ ਪਹਿਲੇ ਤੂੰ ਘਰੋਂ ਚੱਲ ਜਾ ਕਹਿੰਦੀ ਇੰਨਾ ਤਾਂ ਕੀਤਾ ਮੈਨੂੰ 6 ਮਹੀਨੇ ਤੱਕ ਹੁਣ ਕੀ ਮੇਰੀ ਰੋਟੀ ਵੀ ਜਿਹੜੀ ਬੰਦ ਕਰਤੀ ਆ ਘਰ ਸਭ ਚੀਜ਼ ਸਾਫ਼ ਹੋ ਰਿਹਾ ਕਿ ਇਹ ਅਗਲਾ ਬੰਦਾ ਘਰੋਂ ਕੱਢਣ ਦੀ ਪੂਰੀ ਪੂਰੀ ਕੋਸ਼ਿਸ਼ ਕਰ ਰਿਹਾ ਪਰ ਜਿਸ ਤਰੀਕੇ ਦੇ ਨਾਲ ਉਹ ਵਿਚਾਰੀ ਨੇ ਕੋਸ਼ਿਸ਼ ਕੀਤੀ ਕਈ ਵਾਰੀ ਵੀਡੀਓ ਬਣਾਉਣ ਦੀ ਮੈਂ ਰਿਕਾਰਡ ਕਰ ਲਾਂ ਆਤਮਾ ਨੂੰ ਆਤਮਾ ਕਹਿੰਦੀ ਕਿ ਆਤਮਾ ਚਾਹੁੰਦੀ ਕਿ ਉਹਦੀ ਵਾਈਫ ਦੀ ਪਰ ਉਹ ਆਤਮਾ ਰ ਚਾਲੂ ਚਲਕ ਤੇ ਕਿਸਮ ਦੀ ਲੱਗਦੀ ਆ ਮੈਨੂੰ ਸਾਹਮਣੇ ਨਹੀਂ ਜਾਣਾ ਹਾਂ ਕਿ ਕਿਸੇ ਸਾਹਮਣੇ ਨਹੀਂ ਆਣਾ ਪਤਾ ਨਾ ਲੱਗ ਜੇ ਮੈਂ ਔਨੀ ਵੀ ਆ ਅਦੇ ਨੇ ਇੱਕ ਵੀਡੀਓ ਸੀ ਉਹ ਜਿਵੇਂ ਖੇਲਦੇ ਨਹੀਂ ਹੁੰਦੇ ਔਰਤਾਂ ਜਿਹੜੀਆਂ ਆਉਂਦੀਆਂ ਜਿਵੇਂ ਕੋਈ ਜਗਰਾਤਾ ਹੁੰਦਾ ਮੰਨ ਲਓ ਉੱਥੇ ਖੇਲਣ ਲੱਗ ਜਾਂਦੀਆਂ ਕਹਿ ਦਿੰਦੇ ਆ ਵੀ ਇਹਦੇ ਵਿੱਚ ਕੁਝ ਆ ਗਿਆ ਹਨਾ ਉਹ ਉਹ ਕਰੀ ਜਾਂਦੀ ਸੀ ਸੜਕ ਦੇ ਉੱਤੇ ਮੈਂ ਦੇਖੀ ਸੜਕ ਦੇ ਉੱਤੇ ਉਹ ਵੀਡੀਓ ਖੇਲੀ ਜਾਵੇ ਉਹਦੇ ਕੁੱਤਾ ਆ ਜਾਂਦੇ ਨੇ ਨੇੜੇ ਆਤਮਾ ਭੱਜ ਜਾਂਦੀ ਬਿਲਕੁਲ ਦੇਖਿਆ ਇਹੀ ਚੀਜ਼ ਆ ਕਿ ਜਿਹੜੀ ਆਤਮਾ ਕਿਸੇ ਸਾਹਮਣੇ ਰਹਿੰਦੀ ਉਹ ਵੀਡੀਓ ਮੈਂ ਵੀ ਦੇਖੀ ਸੀ ਉਹ ਲੇਡੀ ਇੱਕਦਮ ਇੱਕਦਾਂ ਸਟਾਰਟ ਹੋਈ ਕਿ ਪਤਾ ਨਹੀਂ ਕੱਕ ਤੋਂ ਨੱਖਾਂ ਜਿਹੜਾ ਸਟਾਰਟ ਕੀਤਾ ਹੁੰਦਾ ਬਸ ਘੁੰਮਣਾ ਸਟਾਰਟ ਹੋ ਗਿਆ ਉਹ ਇਦਾਂ ਹੋਇਆ ਜਦੋਂ ਹੀ ਉਹਦੇ ਕੋਲ ਕੁੱਤਾ ਗਿਆ ਇੱਕਦਮ ਇਦਾਂ ਰੋ ਗਿਆ ਤੇ ਉਸ ਤੋਂ ਬਾਅਦ ਉਹਨੂੰ ਸਮਝਣ ਲੱਗੀ ਕਿ ਹੁਣ ਮੈਂ ਦੁਬਾਰਾ ਸਟਾਰਟ ਹੋਵਾਂਗੇ ਹੁਣ ਮੈਂ ਰੋ ਕੇ ਚਾਹ ਬਿਲਕੁਲ ਤਾਂ ਇਹੋ ਜਿਹੀ ਜਿਹੜੇ ਕਿਸੇ ਨੇ ਸਾਹਮਣੇ ਆਉਂਦੇ ਰਹਿੰਦੇ ਨੇ ਤੇ ਅਸੀਂ ਵੀ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਆ ਪਰ ਇਸ ਵੇਲੇ ਸਮਾਂ ਜਿਹੜਾ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਗੱਲਬਾਤ ਆ ਤੁਹਾਡੇ ਨਾਲ ਸਾਂਝੀਆਂ ਕਰੀਏ ਅਗਲੇ ਵਾਰ ਫਿਰ ਹਾਜ਼ਰ ਹੋ ਜਾਵਾਂਗੇ ਉਲਪੁਣ ਮੁੱਦਿਆਂ ਦੇ ਨਾਲ ਉਲਪੁਣ ਨਿਗਾ ਦਿਨਾਂ ਤਦ ਤੱਕ ਲਈ ਸਾਨੂੰ ਦੇ ਇਜਾਜ਼ਤ ਤੇ ਦੇਖਦੇ ਰਹੋ ਵਿਜ਼ਨ ਪੰਜਾਬ ਟੀ